तो इस साझा सफर में वी वॉन्ट टू शेयर हम लोग गवर्नेंस पाथ जिसे हम कहते हैं जो हम कम्युनिटी के साथ जो हम काम करते हैं कैसे हम कम्युनिटी को स्कूल की डेवलपमेंट में और ओवरऑल बच्चों की एजुकेशन में कैसे हम उनको इन्वॉल्व कर सकते हैं और कैसे उस काम को हम आगे बढ़ा रहे हैं वो आज हम आपके साथ शेयर करेंगे तो आज दो टीम्स हमारी साथ मिलकर एक प्रेजेंटेशन शेयर करेंगी गवर्नेंस पाथ की टीम और एम एन पाथ की टीम मतलब मॉनिटरिंग एंड इवेलुएशन टीम दोनों ही हमें दिखाएंगे कि कैसे हमने कम्युनिटी में काम किया भी है कैसे वहां हमारा शुरुआत हुआ था कम्युनिटी के काम का और कैसे आज कम्युनिटी वर्क को हम इम्पैक्ट मेजरमेंट कम्युनिटी वर्क का हम कैसे कर रहे हैं एंड आई थिंक ये साझी सिख्या की एक बहुत यूनिक चीज है कि इवन कम्युनिटी वर्क को हम किस तरह से सिस्टमेटिकली मेजर कर रहे हैं जिससे कि वो स्केल हो सके तो आ, इसी के साथ मैं गुरजंट को इन्वाइट करना चाहूंगा जो गवर्नेंस पाथ के की तरफ से सांझी जी का पर्सपेक्टिव हमारा काम शेयर करेंगे गुरजन ओवर टू यू थैंक यू सो मच रोहन ਅਹ ਤੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਾਰਿਆਂ ਦਾ ਇਸ ਜਿਹੜਾ ਕਲੈਕਟਿਵ ਹੈ ਇਹ ਜਿਹੜੀ ਸਪੇਸ ਹੈ ਇਹਦੇ ਵਿੱਚ ਆਉਣ ਤੇ ਸਵਾਗਤ ਹੈ ਤੇ ਅੱਜ ਆਪਾਂ ਜਿਸ ਤਰ੍ਹਾਂ ਰੋਹਨ ਨੇ ਸਾਂਝਾ ਕੀਤਾ ਕਿ ਆਪਾਂ ਇੱਥੇ ਆਇਆ ਇਕੱਠੇ ਹੋਇਆ ਜਿਸ ਤਰ੍ਹਾਂ ਲਾਸਟ ਸਾਂਝਾ ਸਫ਼ਰ ਦੀ ਗੱਲ ਕੀਤੀ ਸੀ ਤੇ ਇਹ ਵਾਲਾ ਜਿਹੜਾ ਸਾਂਝਾ ਸਫ਼ਰ ਹੈ ਇਹ ਥੋੜਾ ਜਿਆਦਾ ਉਹਦੇ ਨਾਲੋਂ ਇੱਕ ਵੱਖਰੇ ਢੰਗ ਦਾ ਤੇ ਵੱਖਰੇ ਢੰਗ ਦਾ ਕਿਵੇਂ ਹੈ ਤੇ ਸਾਂਝੀ ਸਿੱਖਿਆ ਦੇ ਵਿੱਚ ਇਹਦਾ ਕੰਮ ਕਿਸ ਤਰ੍ਹਾਂ ਦਾ ਦਿਖਦਾ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਹੈਗੀ ਹੈ ਕਮਿਊਨਿਟੀ ਦੀ ਤੇ ਸਕੂਲ ਤੇ ਕਮਿਊਨਿਟੀ ਦਾ ਜਿਹੜਾ ਰੋਲ ਆ ਉਹ ਕਿਦਾਂ ਦਾ ਦਿਖਦਾ ਹੈਗਾ ਤੇ ਉਸ ਦੇ ਬਾਰੇ ਦੇ ਵਿੱਚ ਅੱਜ ਆਪਾਂ ਇੱਥੇ ਗੱਲਬਾਤ ਕਰਾਂਗੇ ਤੇ ਅੱਗੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਇੱਕ ਜਾਣ ਲਈ ਆਪਾਂ ਪੰਜਾਬ ਦੀ ਗੱਲ ਕਰਦੇ ਆ ਸਾਰੇ ਪੰਜਾਬ ਲਈ ਇੱਥੇ ਇਕੱਠੇ ਹੋਏ ਆ ਤੇ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਨਾ ਕਿ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਤੇ ਤੁਸੀਂ ਇੱਥੇ ਚੈਟ ਬਾਕਸ ਦੇ ਵਿੱਚ ਆਪਣਾ ਟਾਈਪ ਕਰਕੇ ਦੱਸ ਸਕਦੇ ਹੋ ਜੇ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਆਈ ਥਿੰਕ ਆਨਸਰ ਬਹੁਤ ਘੱਟ ਆ ਰਹੇ ਨੇ ਹਜੇ ਇਹ ਤਾਂ ਮਤਲਬ ਪੰਜਾਬ ਬਾਰੇ ਹੋਰ ਜਾਣਨ ਦੀ ਜ਼ਰੂਰਤ ਆ ਆਪਾਂ ਨੂੰ ਠੀਕ ਹੈ ਤੇ ਆਪਾਂ ਅੱਗੇ ਵਧਦੇ ਹਾਂ ਤੇ ਜਿਸ ਤਰ੍ਹਾਂ ਸਾਰਿਆਂ ਨੇ ਅਲੱਗ-ਅਲੱਗ ਇੱਕ ਨੰਬਰ ਦਿੱਤੇ ਹੈਗੇ ਆ ਤੇ ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ 12729 ਜਿਹੜੇ ਹੈਗੇ ਆ ਉਹ ਪਿੰਡ ਨੇ ਤੇ ਇਹ ਗਵਰਨਮੈਂਟ ਡਾਟੇ ਦੇ ਹਿਸਾਬ ਦੇ ਨਾਲ ਹੈ ਠੀਕ ਹੈ ਜੀ ਹੁਣ ਆਪਾਂ ਗੱਲ ਕੀਤੀ ਸੀ ਕਿ ਕਿੰਨੇ ਪਿੰਡ ਨੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਨੂੰ ਚਲਾਉਣ ਦੇ ਲਈ ਪੰਚਾਇਤਾਂ ਹੁੰਦੀਆਂ ਨੇ ਤਾਂ ਉਹਨਾਂ ਪੰਚਾਇਤਾਂ ਦੀ ਪਿੰਡਾਂ ਪ੍ਰਤੀ ਕੀ ਭੂਮਿਕਾ ਅਗਰ ਦੋ ਦੋ ਸ਼ਬਦ ਤੁਸੀਂ ਚੈਟ ਬਾਕਸ ਦੇ ਵਿੱਚ ਲਿਖ ਸਕਦੇ ਹੋ आई थिंक ਬਹੁਤ ਸੋਨੇ ਆਨਸਰ ਆ ਰਹੇ ਨੇ ਤੇ आई थिंक ਖੁਸ਼ੀ ਵੀ ਹੁੰਦੀ ਹੈ ਕਿ ਕਿਤੇ ਕਿਤੇ ਕੁਝ ਕੁ ਚੀਜ਼ਾਂ ਦੀ ਆਪਾਂ ਨੂੰ ਕਲੈਰਟੀ ਹੈ ਕਿ ਪੰਚਾਇਤ ਦੇ ਕੀ ਕੀ ਰੋਲ ਜਿਹੜੇ ਹੈਗੇ ਆ ਉਹ ਨਜ਼ਰ ਆਂਦੇ ਨੇ ਤੇ ਆਪਾਂ ਹੁਣ ਉਹਨਾਂ ਹੀ ਜਿਹੜੇ ਪੰਚਾਇਤ ਦੇ ਫੰਕਸ਼ਨ ਨੇ ਜਾਂ ਪੰਚਾਇਤ ਦੀ ਜਿਹੜੀ ਭੂਮਿਕਾ ਉਹਨਾਂ ਨੂੰ ਹੀ ਅੱਗੇ ਵਧਾਉਂਦੇ ਹੋਏ ਆਪਾਂ ਚੱਲਦੇ ਆਂ ਆਪਣੀ ਪ੍ਰੈਜੈਂਟੇਸ਼ਨ ਵੱਲ ਤੇ ਅਗਰ ਅਸੀਂ ਗੱਲ ਕਰੀਏ ਕਿ ਜਿਹੜਾ ਸਾਂਝੀ ਸਿੱਖਿਆ ਜਿਸ ਮਿਸ਼ਨ ਤੇ ਵਿਜ਼ਨ ਨਾਲ ਚੱਲ ਰਹੀ ਹੈ ਤਾਂ ਉਹਦੇ ਪਿੱਛੇ ਵੀ ਸੇਮ ਚੀਜ਼ਾਂ ਨੇ ਕੰਮ ਕੀਤਾ ਹੈਗਾ ਤੇ 2018 ਦੇ ਵਿੱਚ ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਬੇਸਿਕਲੀ ਇਹ ਹੀ ਚੀਜ਼ ਦੇਖੀ ਗਈ ਸੀ ਕਿ ਜ਼ਿਆਦਾਤਰ ਜਿਹੜੇ ਸਕੂਲਸ ਨੇ ਹਨਾ ਉਹ ਪਿੰਡਾਂ ਦੇ ਵਿੱਚ ਨੇ ਤੇ ਇੱਕ ਸਭ ਤੋਂ ਵੱਡੀ ਚੀਜ਼ ਇਹ ਵੀ ਆ ਕਿ ਅਗਰ ਆਪਾਂ 12729 ਪਿੰਡਾਂ ਦੀ ਗੱਲ ਕਰਦੇ ਆ ਤਾਂ ਆਪਣੇ ਹਰ ਇੱਕ ਪਿੰਡ ਦੇ ਵਿੱਚ ਇੱਕ ਸਕੂਲ ਹੈਗਾ ਤੇ ਜਿਹੜਾ ਕਿ ਅਗਰ ਆਪਾਂ ਥੋੜਾ ਜਿਹਾ ਛੋਕੜ ਦੇ ਵਿੱਚ ਹੱਥ ਮਾਰਦੇ ਆ ਤਾਂ ਉਹ ਐਦਾਂ ਨਹੀਂ ਸੀਗਾ ਤਾਂ ਦੋ ਦੋ ਤਿੰਨ ਤਿੰਨ ਪਿੰਡਾਂ ਦਾ ਇੱਕ ਇੱਕ ਸਕੂਲ ਹੁੰਦਾ ਹੁੰਦਾ ਸੀ ਤੇ ਕਈ ਸਟੇਟਾਂ ਦੇ ਵਿੱਚ ਅਗਰ ਇੰਡੀਆ ਦੀ ਗੱਲ ਕਰਦੇ ਆਂ ਆਪਾਂ ਇੰਡੀਆ ਦੇ ਵਿੱਚ ਅੱਜ ਵੀ ਉਹੀ ਚੀਜ਼ ਹੈਗੀ ਐ ਕਿ ਦੋ ਦੋ ਤਿੰਨ ਤਿੰਨ ਪਿੰਡਾਂ ਦੇ ਮਰਜ ਸਕੂਲ ਹੈਗੇ ਨੇ ਤਾਂ ਆਪਣੇ ਕੋਲ ਇੱਕ ਇੱਕ ਕਹਿ ਸਕਦੇ ਆਂ ਆਪਾਂ ਸਹੂਲਤ ਮਿਲੀ ਹੋਈ ਆ ਆਪਾਂ ਨੂੰ ਕਿ ਆਪਣੇ ਹਰ ਇੱਕ ਪਿੰਡ ਦੇ ਵਿੱਚ ਸਕੂਲ ਹੈਗਾ ਤੇ ਹੁਣ ਹੋਰ ਕੀ ਸੀ ਉਸ ਤੋਂ ਬਾਅਦ ਜਿਹੜਾ ਪੰਚਾਇਤ ਤੇ ਜਿਹੜਾ ਕਮਿਊਨਿਟੀ ਸੀਗੀ ਜਾਂ ਜਿਹੜੇ ਟੀਚਰ ਸੀਗਾ ਉਹਨਾਂ ਦੇ ਵਿੱਚ ਗੈਪ ਸੀਗੇ ਇਹ ਕੁਝ ਸਾਡੀ ਆਇਡੈਂਟੀਫਿਕੇਸ਼ਨਸ ਰਹੀਆਂ ਨੇ ਕਿ ਔਰ ਜਿਹੜੇ ਟੀਚਰ ਸੀਗੇ ਉਹ ਪੰਚਾਇਤ ਦੇ ਨਾਲ ਇਨਵੋਲਵ ਨਹੀਂ ਹੁੰਦੇ ਸੀਗੇ ਕਿਤੇ ਨਾ ਕਿਤੇ ਜਿਹੜੇ ਪੰਚਾਇਤ ਆ ਪੰਚਾਇਤ ਨੂੰ ਵੀ ਸਕੂਲ ਪ੍ਰਤੀ ਆਪਣੇ ਜਿਹੜੇ ਰੋਲਸ ਨੇ ਉਹਨਾਂ ਬਾਰੇ ਅਵੇਅਰਨੈਸ ਨਹੀਂ ਸੀਗੀ ਤਾਂ ਐਕਚੁਅਲ ਦੇ ਵਿੱਚ ਜਿਹੜੇ ਐਸਐਮਸੀ ਆ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਹੈ ਸਕੂਲ ਮੈਨੇਜਮੈਂਟ ਕਮੇਟੀ ਵੀ ਕਾਗਜ਼ਾਂ ਦੇ ਵਿੱਚ ਦਿਖਦੀ ਸੀਗੀ ਤਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਸੀ ਕਿ ਸਾਡੇ ਰੋਲਸ ਐਂਡ ਰਿਸਪੌਂਸਿਬਿਲਟੀਜ਼ ਕੀ ਕੀ ਨੇ ਸਕੂਲ ਪ੍ਰਤੀ ਤਾਂ ਉਹਨਾਂ ਹੀ ਗਰਾਉਂਡ ਇਨਸਾਈਟਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅ ਕੁਝ ਸਾਨੂੰ ਕੰਮ ਕਰਨ ਲਈ ਅੱਗੇ ਵਧਣ ਦੇ ਲਈ ਸਾਨੂੰ ਇੱਕ ਮੌਕਾ ਮਿਲਿਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਧਿਆਨ ਰੱਖ ਕੇ ਅਸੀਂ ਅੱਗੇ ਵਧਣਾ ਹੈਗਾ ਤੇ ਜਿਹਦੇ ਵਿੱਚ ਜਿਵੇਂ ਕਿ ਅਸੀਂ ਗੱਲ ਕਰੀਏ ਕਿ ਸਕੂਲ ਸੀਗੇ ਜਿਨ੍ਹਾਂ ਕੋਲ ਫੰਡਸ ਦੀ ਵੀ ਕਮੀ ਰਹਿੰਦੀ ਸੀਗੀ ਤੇ ਉਹਨਾਂ ਲਈ ਫੰਡ ਜਨਰੇਟ ਕਿੱਦਾਂ ਕੀਤੇ ਜਾ ਸਕਦੇ ਆ ਜਿਹੜੀ ਸਕੂਲ ਪ੍ਰਬੰਧਕ ਕਮੇਟੀ ਐ ਸਕੂਲ ਮੈਨੇਜਮੈਂਟ ਕਮੇਟੀ ਜਿਸ ਨੂੰ ਆਪਾਂ ਕਹਿ ਸਕਦੇ ਆ ਤਾਂ ਉਹ ਆਪਣਾ ਵਖੂਬੀ ਰੋਲ ਸਕੂਲ ਪ੍ਰਤੀ ਕਿੱਦਾਂ ਨਿਭਾ ਸਕਦੀ ਹੈ ਉਸ ਦੇ ਲਈ ਜਿਹੜੇ ਅੱਗੇ ਅਸੀਂ ਕੰਮ ਕਰਨ ਲਈ ਅੱਗੇ ਆਏ ਤੇ ਉਹਨਾਂ ਹੀ ਚੀਜ਼ਾਂ ਨੂੰ ਲੈ ਕੇ ਅਸੀਂ ਨੇ ਆਪਣਾ ਜਿਹੜਾ ਵਿਜ਼ਨ ਐਂਡ ਮਿਸ਼ਨ ਸੀਗਾ ਜਿਹੜਾ ਉਹ ਅਲਾਈਨ ਕੀਤਾ ਇਹਨਾਂ ਪੁਆਇੰਟਸ ਦੇ ਨਾਲ ਤੇ ਅਗਰ ਅਸੀਂ ਗੱਲ ਕਰੀਏ ਕਿ ਅ ਜਿਸ ਤਰ੍ਹਾਂ ਮੈਂ ਪਿੱਛੇ ਸਾਂਝਾ ਕੀਤਾ ਸੀ ਕਿ ਪਿੰਡਾਂ ਨੂੰ ਚਲਾਉਣ ਦੇ ਲਈ ਪੰਚਾਇਤ ਦੀ ਜ਼ਰੂਰਤ ਹੁੰਦੀ ਹੈ ਪੰਚਾਇਤ ਜਿਹੜੀ ਹੈਗੀ ਇੱਕ ਪਾਰਲੀਮੈਂਟ ਦਾ ਰੂਪ ਪਲੇ ਕਰਦੀ ਹੈ ਜਿਵੇਂ ਦੇਸ਼ ਨੂੰ ਚਲਾਉਣ ਲਈ ਇੱਕ ਸ਼ਾਸਨ ਹੈ ਪ੍ਰੋਪਰਲੀ ਪ੍ਰਸ਼ਾਸਨ ਕੰਮ ਕਰਦਾ ਹੈ ਤਾ ਉਦਾਂ ਹੀ ਜਿਹੜਾ ਪਿੰਡਾਂ ਨੂੰ ਚਲਾਉਣ ਦੇ ਲਈ ਜਿਹੜਾ ਹੈਗਾ ਪੰਚਾਇਤਾਂ ਕੰਮ ਕਰਦੀਆਂ ਨੇ ਤਾਂ ਉਹਨਾਂ ਹੀ ਪੰਚਾਇਤਾਂ ਜਾਂ ਕਮਿਊਨਿਟੀ ਜਾਂ ਹੋਰ ਜਿਹੜੇ ਲੋਕ ਨੇ ਇਕੱਠੇ ਹੋ ਕੇ ਕਿੱਦਾਂ ਕੰਮ ਕਰ ਸਕਦੇ ਨੇ ਤੇ ਉਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਗਵਰਨੈਂਸ ਪਾਥ ਜਿਹੜਾ ਹੈਗਾ ਉਹਨੂੰ ਅੱਗੇ ਲੈ ਕੇ ਆਏ ਤੇ ਗਵਰਨੈਂਸ ਪਾਥ ਦੇ ਵਿੱਚ ਕੀ ਹੈ ਗਵਰਨੈਂਸ ਪਾਥ ਸਪੈਸੀਫਿਕਲੀ ਗੱਲ ਕਰੀਏ ਕਿ ਕਲੈਕਟਿਵ ਹੈ ਕਿ ਸਮੂਹ ਹੈ ਜਿਹਦੇ ਵਿੱਚ ਲੋਕ ਬੱਚੇ ਮਾਪੇ ਤੇ ਜੋ ਵੀ ਆ ਹੋਰ ਲੋਕ ਨੇ ਜਿਹੜੇ ਜਿਨ੍ਹਾਂ ਦੇ ਬੱਚੇ ਚਾਹੇ ਸਕੂਲ ਦੇ ਵਿੱਚ ਪੜ੍ਹਦੇ ਨੇ ਚਾਹੇ ਨਹੀਂ ਵੀ ਪੜ੍ਹਦੇ ਉਹ ਲੋਕ ਕਿੱਦਾਂ ਇਕੱਠੇ ਆ ਕੇ ਇੱਕ ਐਜੂਕੇਸ਼ਨ ਦੀ ਗੱਲ ਕਰਨ ਅਸੀਂ ਉਸ ਚੀਜ਼ ਨੂੰ ਤਰਜੀਹ ਦਿੱਤੀ ਇਸ ਦੇ ਵਿੱਚ ਤਾਂ ਅਗਰ ਅਸੀਂ ਇੱਥੇ ਗੱਲ ਕਰੀਏ ਇੱਥੇ ਸਾਡਾ ਜਿਹੜਾ ਸਟਰਕਚਰ ਹੈ ਉਹ ਤੁਹਾਨੂੰ ਅਸੀਂ ਦਿਖਾਉਣ ਲਈ ਦਿਖਾ ਰਹੇ ਹਾਂ ਇੱਥੇ ਤੇ ਅਗਰ ਅਸੀਂ ਖੱਬੇ ਹੱਥ ਗੱਲ ਕਰਦੇ ਹਾਂ ਤਾਂ ਖੱਬੇ ਹੱਥ ਇੱਕ ਪ੍ਰੋਪਰ ਸਟਰਕਚਰ ਦਿਖਾਇਆ ਗਿਆ ਕਿ ਜਿਸ ਤਰ੍ਹਾਂ ਗ੍ਰਾਮ ਸਭਾ ਦੀ ਗੱਲ ਇੱਕ ਪਿੰਡ ਦੀ ਗੱਲ ਕਰਦੇ ਹਾਂ ਤਾਂ ਤਾਂ ਪਿੰਡ ਦੇ ਵਿੱਚ ਕੀ ਹੁੰਦੀ ਹੈ ਗ੍ਰਾਮ ਸਭਾ ਹੁੰਦੀ ਹੈ ਜਿਦਾ ਕੇ ਸਾਲ ਦੇ ਵਿੱਚ ਦੋ ਵਾਰੀ ਇਜਲਾਸ ਹੋਣਾ ਹੁੰਦਾ ਹਾੜੀ ਤੇ ਸੌਣੀ ਦਾ ਇਜਲਾਸ ਹੁੰਦਾ ਤੇ ਐਦਾਂ ਹੀ ਉਹਨਾਂ ਚੀਜ਼ਾਂ ਨੂੰ ਉਹੀ ਸਟਰਕਚਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਂਝੀ ਸਿੱਖਿਆ ਨੇ ਇੱਕ ਸਟਰਕਚਰ ਨੂੰ ਅਲਾਈਨ ਕੀਤਾ ਕਿ ਉਹ ਸਟਰਕਚਰ ਨੂੰ ਹੋਰ ਕਿੱਦਾਂ ਸਟਰੈਂਥਨ ਕਰੀਏ ਕਿ ਤਾਂ ਕਿ ਜਿਹੜਾ ਉਸ ਸਟਰਕਚਰ ਦੇ ਵਿੱਚ ਹੀ ਐਜੂਕੇਸ਼ਨ ਇੱਕ ਮੁੱਖ ਏਜੰਡਾ ਬਣ ਜAVE ਤਾਂ ਉਸ ਦੇ ਵਿੱਚ ਕੀ ਹੋਇਆ ਸਕੂਲ ਤੋਂ ਲੈ ਕੇ ਇੱਕ ਬਲੌਕ ਤੱਕ ਅਸੀਂ ਹਜੇ ਰੀਚ ਕਰ ਪਾਏ ਆ ਅਗਰ ਅਸੀਂ ਇੱਥੇ ਤਬਿਆਤ ਦੇਖਦਿਆਂ ਤਾਂ ਡਿਸਟ੍ਰਿਕਟ ਤੱਕ ਦਾ ਇੱਕ ਤੁਹਾਨੂੰ ਸਟਰਕਚਰ ਦੇਖਣ ਨੂੰ ਮਿਲ ਰਿਹਾ ਪਰ ਅਸੀਂ ਹਜੇ ਤੱਕ ਸਾਂਝੀ ਸਿੱਖਿਆ ਦੇ ਵਿੱਚ ਇੱਕ ਬਲਾਕ ਲੈਵਲ ਤੱਕ ਹੀ ਜਿਹੜਾ ਸਟਰਕਚਰ ਤੱਕ ਪਹੁੰਚ ਚੁੱਕੇ ਹਾਂ ਤਾਂ ਅਸੀਂ ਅਗਰ ਗੱਲ ਕਰਦੇ ਹਾਂ ਤੇ 2018 ਤੋਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਸਾਡਾ ਇੱਕ ਵਿਜ਼ਨ ਤੇ ਮਿਸ਼ਨ ਨੂੰ ਅਸੀਂ ਲੈ ਕੇ ਅੱਗੇ ਚੱਲੇ ਤੇ ਜਿਹਦੇ ਵਿੱਚ ਅਸੀਂ ਨੇ ਸਿਰਫ 16 ਸਕੂਲਾਂ ਨੂੰ ਹੀ ਅ ਅਡਾਪਟ ਕੀਤਾ 16 ਸਕੂਲਾਂ ਦੇ ਨਾਲ ਕੰਮ ਕਰਨਾ ਸਟਾਰਟ ਕੀਤਾ ਤਾਂ ਜਦੋਂ ਅਸੀਂ ਉਹਨਾਂ 16 ਸਕੂਲਾਂ ਦੇ ਨਾਲ ਕੰਮ ਕਰਨਾ ਕੀ ਸਟਾਰਟ ਕੀਤਾ ਤਾਂ 16 ਪੰਚਾਇਤਾਂ ਆ ਗਈਆਂ ਰਲ ਕੇ ਤਾਂ ਉਹਨਾਂ ਪੰਚਾਇਤਾਂ ਤੋਂ ਅ ਜਦੋਂ ਅਸੀਂ ਗੱਲਬਾਤ ਸਟਾਰਟ ਕੀਤੀ ਤਾਂ ਜੋ ਇਸ਼ੂ ਅਸੀਂ ਪਿਛਲੀ ਸਲਾਈਡ ਦੇ ਵਿੱਚ ਦੇਖੇ ਸੀ ਤਾਂ ਉਹ ਜਿਹੜੇ ਹੈਗੇ ਆ ਆਇਡੈਂਟੀਫਿਕੇਸ਼ਨ ਜਾਂ ਸਾਡੀਆਂ ਲਰਨਿੰਗਸ ਨਿਕਲ ਕੇ ਆਈਆਂ ਤੇ ਜਿਨ੍ਹਾਂ ਤੋਂ ਸਾਨੂੰ ਇੱਕ ਸੇਧ ਮਿਲ ਕੇ ਅਸੀਂ ਅੱਗੇ ਕਿਸ ਦਿਸ਼ਾਵਲੀ ਨੂੰ ਜਾਣਾ ਹੈ ਤਾਂ ਉਸ ਤੋਂ ਫਿਰ ਸ਼ੁਰੂਆਤ ਹੋਈ ਸਾਡੀ ਤੇ ਇਸ ਤਰ੍ਹਾਂ ਵਾਧੇ-ਵਾਧੇ ਅਸੀਂ ਹੁਣ ਤੱਕ 4 ਜ਼ਿਲ੍ਹਿਆਂ ਤੱਕ ਅਸੀਂ ਅਪਰੋਚ ਕਰ ਚੁੱਕੇ ਹਾਂ ਤੇ 4 ਜ਼ਿਲ੍ਹਿਆਂ ਦੀ ਅਗਰ ਅਸੀਂ ਗੱਲ ਕਰਦੇ ਤਾਂ ਅਸੀਂ 1198 ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨਾਲ ਅਸੀਂ ਹੁਣ ਤੱਕ ਕੰਮ ਕਰ ਰਹੇ ਹਾਂ ਤਾਂ ਇਹ ਪਿਛਲੀ ਸਲਾਈਡ ਦੇ ਵਿੱਚ ਹੀ ਇੱਥੇ ਇੱਕ ਤੁਹਾਨੂੰ ਡਾਟਾ ਵੀ ਨਾਲ ਨਜ਼ਰ ਆ ਰਿਹਾ ਜਿਸ ਦੇ ਵਿੱਚ ਜੀਐਸਐਸ ਤੇ ਐਸਐਮਸੀ ਦਾ ਜ਼ਿਕਰ ਹੋ ਰਿਹਾ ਹੈ ਤੇ ਉਸ ਦੇ ਬਾਰੇ ਆਪਾਂ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜਾਣਾਂਗੇ ਜੋ ਆਪਾਂ ਅੱਗੇ ਵਧਾਂਗੇ ਤੇ ਜੀਐਸਐਸ ਦਾ ਮਤਲਬ ਹੈਗਾ ਗ੍ਰਾਮ ਸਿੱਖਿਆ ਸਭਾ ਤੇ ਐਸਐਨਸੀ ਦਾ ਮਤਲਬ ਹੈਗਾ ਸਕੂਲ ਪ੍ਰਬੰਧਕ ਕਮੇਟੀ ਜਾਨਕਿ ਸਕੂਲ ਮੈਨੇਜਮੈਂਟ ਕਮੇਟੀ ਤਾਂ ਅਸੀਂ ਅਗਰ ਗੱਲ ਕਰਦੇ ਹਾਂ ਕਿ ਪੰਚਾਇਤਾਂ ਨੂੰ ਹੋਰ ਕਿੱਦਾਂ ਸਟੈਂਡਰਡ ਕੀਤਾ ਜਾ ਸਕਦਾ ਜਾਂ ਉਹਨਾਂ ਨੂੰ ਹੋਰ ਕਿੱਦਾਂ ਇਨੇਬਲ ਕੀਤਾ ਜਾ ਸਕਦਾ ਤਾਂ ਸਭ ਤੋਂ ਵੱਡੀ ਸਾਡੇ ਲਈ ਇੱਕ ਇਹ ਗੱਲ ਸੀਗੀ ਕਿ ਪੰਚਾਇਤਾਂ ਨੂੰ ਇਕੱਠੇ ਕਿੱਦਾਂ ਲੈ ਕੇ ਆਈਏ ਤਾਂ ਇੱਕੋ ਕਿੱਦਾਂ ਦੀ ਸਪੇਸ ਬਣਾਈ ਜਾਵੇ ਤਾਂ ਕਿ ਉਹ ਇੱਕ এডੂਕੇਸ਼ਨ ਨੂੰ ਵੀ ਆਪਣੀ ਤਰਜੀਹ ਦੇ ਉੱਤੇ ਲੈ ਕੇ ਆਉਣ ਆਪਣੇ ਮੁੱਖ ਏਜੰਡੇ ਦੇ ਵਿੱਚ ਰੱਖਣ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹ ਪਾਰਲੀਮੈਂਟ ਦਾ ਰੋਲ ਪਲੇ ਕਰਦੀ ਹੈ ਤਾਂ ਉਹਨੇ ਮੁੱਖ ਜੋ ਹੈਗਾ ਪਿੰਡ ਦੇ ਫੈਸਲੇ ਲੈਣੇ ਹੁੰਦੇ ਨੇ ਕਿ ਪਿੰਡ ਦੇ ਵਿੱਚ ਸਾਡੇ ਇਹ ਸਹੂਲਤਾਂ ਜਾਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤਾਂ ਉਦਾਂ ਹੀ ਜਿਹੜਾ এডੂਕੇਸ਼ਨ ਹੈ এডੂਕੇਸ਼ਨ ਅਸੀਂ ਜੋ ਸਾਡੀ ਪਰਖ ਜਾਂ ਸਾਡੀ ਰਿਸਰਚ ਦੇ ਦੌਰਾਨ ਅਸੀਂ ਦੇਖਿਆ ਕਿ এডੂਕੇਸ਼ਨ ਹਮੇਸ਼ਾ ਹੀ ਅਵੇਸਲਾ ਕਰ ਦਿੱਤਾ ਜਾਂਦਾ ਸੀ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਉਹੀ ਚੀਜ਼ ਨੂੰ ਸਟਰਕਚਰ ਦੇ ਵਿੱਚ ਪਾ ਕੇ ਜਿਹੜਾ ਹੈਗਾ 6 ਮਹੀਨੇ ਬਾਅਦ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਹਾੜੀ ਦੀ ਸੌਣੀ ਗ੍ਰਾਮ ਸਭਾ ਹੋਣੀ ਹੁੰਦੀ ਹੈ ਤਾਂ ਉਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਗ੍ਰਾਮ ਸਿੱਖਿਆ ਸਭਾ ਨੂੰ ਵੀ ਇਨੇਬਲ ਕਰ ਸਕਦੇ ਆ ਉਸ ਦਾ ਸੀ ਅੱਗੇ ਇਹ ਪ੍ਰੋਸੈਸ ਲੈ ਕੇ ਆਂਦਾ ਤਾਂ ਜਿਸ ਦੇ ਵਿੱਚ ਪੰਚਾਇਤਾਂ ਇਕੱਠੀਆਂ ਹੋਣ ਲੱਗੀਆਂ ਜਿਸ ਤਰ੍ਹਾਂ ਮੈਂ ਪਿੰਡਾਂ ਦਾ ਗੱਲ ਕਰ ਰਿਹਾ ਤਾਂ ਸਪੈਸੀਫਿਕਲੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਗਿਆ ਤੇ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਲੋਕ ਇਕੱਠੇ ਹੋ ਕੇ ਕੁਝ ਫੈਸਲੇ ਲੈਂਦੇ ਨੇ ਤਾਂ ਜਦੋਂ ਫੈਸਲੇ ਲੈਂਦੇ ਨੇ ਤਾਂ ਕਿਸੇ ਦਿਸ਼ਾ ਵੱਲ ਨੂੰ ਚੱਲਦੇ ਨੇ ਤਾਂ ਉਹ ਇੱਥੇ ਜਿਹੜੀ ਕਿ ਇਸ ਇਕੱਠ ਦੇ ਵਿੱਚ ਉਹ ਚੀਜ਼ ਨਜ਼ਰ ਆਈ ਕਿ এডਿਕੇਸ਼ਨ ਨੂੰ ਕਿੱਦਾਂ ਅਸੀਂ ਤਰਜੀਹ ਦੇਣੀ ਹੈ ਤਾਂ ਉਹਦੇ ਵੀ ਅਸੀਂ ਚਾਰ ਸਟੈਪ ਨੂੰ ਅਸੀਂ ਦੇਖਿਆ ਕਿ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਪੰਚਾਇਤ ਜਾਂ ਐਸ ਐਮ ਸੀ ਜਾਂ ਜਿਹੜੇ ਮਾਪੇ ਨੇ ਉਹਨਾਂ ਨੂੰ ਕਿੱਦਾਂ ਇੱਕ ਅਲਾਈਨ ਕੀਤਾ ਜਾਵੇ ਤਾਂ ਉਹਨਾਂ ਨੂੰ ਇੱਕ ਸਪੇਸ ਦੇ ਵਿੱਚ ਕਿੱਦਾਂ ਲੈ ਕੇ ਆਂਦਾ ਜਾਵੇ ਜੇ ਮੈਂ ಗ್ರಾಮ ਸਿੱਖਿਆ ਸਭਾ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਉਹ ਲੋਕ ਵੀ ਆਉਂਦੇ ਨੇ ਜਿਹੜੇ ਚਾਹੇ ਸਕੂਲ ਨਾਲ ਵਾਸਤਾ ਰੱਖਦੇ ਨੇ ਚਾਹੇ ਨਹੀਂ ਵੀ ਰੱਖਦੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਜਾਂ ਨਹੀਂ ਵੀ ਪੜ੍ਹਦੇ ਉਹ ਸਾਰੇ ਲੋਕ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਕੀ ਹੈ ਉਹ ਕੱਲੇ ਇਕੱਠੇ ਹੀ ਨਹੀਂ ਹੁੰਦੇ ਹੈਗੇ ਉਹ ਸਕੂਲ ਦਾ ਇੱਕ ਦੌਰਾ ਵੀ ਕਰਦੇ ਨੇ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਸਕੂਲ ਦੇ ਚੈਲੰਜ ਕੀ ਨੇ ਜਾਂ ਸਕੂਲ ਦੀਆਂ ਚੰਗੀਆਂ ਚੀਜ਼ਾਂ ਕੀ ਕੀ ਹੋ ਰਹੀਆਂ ਨੇ ਜਾਂ ਬੱਚਿਆਂ ਨੂੰ ਕਿਹੜੀ-ਕਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਉਸ ਤੋਂ ਇਲਾਵਾ ਜਦੋਂ ਉਹ ਸਕੂਲ ਦੇ ਵਿੱਚ ਬੈਠਦੇ ਨੇ ਦੌਰਾ ਕਰਦੇ ਨੇ ਤਾਂ ਉਹ ਫਿਰ ਇੱਕ ਪਲਾਨ ਬਣਾਉਂਦੇ ਨੇ ਤਾਂ ਜਿਸ ਨੂੰ ਕਿ ਸਕੂਲ ਡਵੈਲਪਮੈਂਟ ਪਲਾਨ ਕਿਹਾ ਜਾਂਦਾ ਹੈ ਤੇ ਉਹ ਜਦੋਂ ਉਸ ਸਕੂਲ ਡਵੈਲਪਮੈਂਟ ਪਲਾਨ ਦਾ ਬਣਾਉਣ ਦਾ ਅਜੰਡਾ ਇਹ ਹੁੰਦਾ ਹੈ ਉਹਦਾ ਪਰਪਸ ਇਹ ਹੁੰਦਾ ਹੈ ਕਿ ਕਿੱਦਾਂ ਆਪਾਂ ਆਪਣੇ ਪਿੰਡ ਦੇ ਸਕੂਲ ਨੂੰ ਇੱਕ ਅਗਲੀ ਦਿਸ਼ਾ ਵੱਲ ਨੂੰ ਲੈ ਕੇ ਜਾਣਾ ਇੱਕ ਉੱਪਰ ਕਿੱਦਾਂ ਉਹਦਾ ਆਪਾਂ ਗ੍ਰਾਫ ਇਨਕਰੀਜ਼ ਕਰ ਸਕਦੇ ਹਾਂ ਤਾਂ ਜਦੋਂ ਉਸ ਦੀ ਗੱਲਬਾਤ ਹੁੰਦੀ ਹੈ ਕਿ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜਾਂ ਕਿਹੜੀਆਂ ਚੀਜ਼ਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਤਾਂ ਉਹ ਪ੍ਰੋਪਰਲੀ ਉਹਦਾ ਇੱਕ ਪਲਾਨ ਬਣਦਾ ਤਾਂ ਫਿਰ ਉਸ ਪਲਾਨ ਦੇ ਬਾਬਤ ਹੀ ਲਗਾਤਾਰਤਾ ਮੀਟਿੰਗਾਂ ਹੁੰਦੀਆਂ ਨੇ ਕਿ ਅੱਛਾ ਕਿਹੜੇ-ਕਿਹੜੇ ਚੀਜ਼ਾਂ ਹੋ ਪਾਈਆਂ ਕਿਹੜੇ-ਕਿਹੜੇ ਚੀਜ਼ਾਂ ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਜਾਂ ਅਗਰ ਕੋਈ ਇੱਕ ਸਹੂਲਤ ਕਿਸੇ ਇੱਕ ਪਰਪਸ ਦੇ ਕਰਕੇ ਕੋਈ ਰੁਕਾਵਟ ਵੀ ਬਣ ਰਹੀ ਹੈ ਤਾਂ ਉਸ ਨੂੰ ਆਪਾਂ ਕਿੱਦਾਂ ਦੂਰ ਕਰਨਾ ਕਿਹੜੇ ਹੋਰ ਲੋਕਾਂ ਤੱਕ ਅਪਰੋਚ ਕਰਨੀਆਂ ਤਾਂ ਉਸ ਦੇ ਬਾਬਤੇ ਗੱਲਾਂ ਹੁੰਦੀਆਂ ਤਾਂ ਅਗਰ ਅਸੀਂ ਜਿਵੇਂ ਮੈਂ ਸਾਡੇ ਸਟਰਕਚਰ ਦੀ ਗੱਲ ਕਰ ਰਿਹਾ ਸੀ ਪਿੱਛੇ ਤਾਂ ਉਹਨਾਂ ਸਟਰਕਚਰਸ ਨੂੰ ਕਰਨ ਦੇ ਲਈ ਕੁਝ ਸਮਵਤਤਾ ਹੈਗੀ ਹੈ ਤੇ ਉਹ ਸਮਵਤਤਾ ਕਿਵੇਂ ਹੈ ਜਿਵੇਂ ਕਿ ਸਕੂਲ ਪ੍ਰਬੰਧਕ ਕਮੇਟੀ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਗਵਰਨਮੈਂਟ ਦਾ ਸਟਰਕਚਰ ਦੇ ਵਿੱਚ ਹੈਗੀ ਹੈ ਪਰ ਕਿਤੇ ਨਾ ਕਿਤੇ ਕੀ ਹੈ ਉਹ ਲਗਾਤਾਰਤਾ ਦੇ ਵਿੱਚ ਨਹੀਂ ਆਂਦੀ ਹੈਗੀ ਕਾਗਜ਼ਾਂ ਦੇ ਵਿੱਚ ਹੀ ਉਹ ਕੇ ਰਹਿ ਜਾਂਦੀ ਹੈ ਤਾਂ ਕਿੱਦਾਂ ਜਿਹੜੀ ਸਕੂਲ ਪ੍ਰਬੰਧਕ ਕਮੇਟੀ ਹੈ ਉਸ ਨੂੰ ਇਨੇਬਲ ਕੀਤਾ ਜਾ ਸਕਦਾ ਜਾਂ ਉਸ ਨੂੰ ਹੋਰ ਸਟਰੈਂਥਨ ਕੀਤਾ ਜਾ ਸਕਦਾ ਹੈ ਉਸਦੇ ਲਈ ਸਾਡੇ ਜਿਹੜੇ ਯੰਗ ਲੀਡਰਸ ਨੇ ਉਹ ਲਗਾਤਾਰ ਮਿਹਨਤ ਕਰਦੇ ਨੇ ਗਰਾਊਂਡ ਤੇ ਜਾ ਕੇ ਤੇ ਉਹ ਹਰ ਮਹੀਨੇ ਕੋਸ਼ਿਸ਼ ਕਰਦੇ ਨੇ ਕਿ ਜਿਹੜੀ ਐਸਐਮਸੀ ਹੈ ਉਹ ਹੋ ਪਾਵੇ ਤੇ ਔਰ ਜਿਹੜੇ ਲੋਕ ਨੇ ਜਿਹੜੇ ਮਾਪੇ ਨੇ ਜਾਂ ਜਿਹੜੇ ਹੋਰ ਲੋਕ ਉਸਦੇ ਮੈਂਬਰ ਹੈਗੇ ਨੇ ਉਹ ਆਪਣੇ ਰੋਲਸ ਐਂਡ ਰਿਸਪੌਂਸਿਬਿਲਟੀ ਨੂੰ ਸਮਝਣ ਤੇ ਅੱਗੇ ਆਉਣ ਤੇ ਇਦਾਂ ਹੀ ਅਗਰ ਮੈਂ ਗ੍ਰਾਮ ਸਿੱਖਿਆ ਸਭਾ ਦਾ ਪਿੱਛੇ ਵੀ ਜ਼ਿਕਰ ਕੀਤਾ ਜੇ ਤਾਂ ਮੈਂ ਹੁਣ ਮੈਂ ਇੱਥੇ ਵੀ ਥੋੜਾ ਜਿਹਾ ਉਸਨੂੰ ਹੋਰ ਐਕਸਪਲੇਅਨ ਕਰਦਾ ਤਾਂ ਜਿਹੜੀ ਗ੍ਰਾਮ ਸਿੱਖਿਆ ਸਭਾ ਹੈ ਉਹ ਸਾਲ ਦੇ ਵਿੱਚ ਹਾਰੀ ਤਾਂ ਸੋਣੀ ਦਾ ਮਾ जिक्र ਕੀਤਾ ਸੀ ਪਿੱਛੇ ਤਾਂ ਇੱਥੇ ਅਗਰ ਮੈਂ ਗੱਲ ਕਰਾਂ ਤਾਂ ਇੱਥੇ ਅਸੀਂ 6 ਮਹੀਨੇ ਬਾਅਦ ਜਿਹੜੀ ਹੈਗੀ ਗ੍ਰਾਮ ਸਿੱਖਿਆ ਸਭਾ ਕਰਵਾਉਂਦੇ ਆ ਤਾਂ ਉਸ ਤੋਂ 3 ਮਹੀਨੇ ਬਾਅਦ ਜਿਹੜਾ ਹੈਗਾ ਉਹਦਾ ਫਾਲੋਅ ਅਪ ਲਿਆ ਜਾਂਦਾ ਕਿਉਂਕਿ ਇਹ ਇੱਕ ਵੱਡਾ ਇਕੱਠ ਹੁੰਦਾ ਜਿਸ ਦੇ ਵਿੱਚ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਤੇ ਉਹ ਇਕੱਠੇ ਹੋ ਕੇ ਐਜੂਕੇਸ਼ਨ ਦੀ ਗੱਲ ਕਰਦੇ ਨੇ ਤੇ ਅ ਅਗਰ ਗੱਲ ਕਰੀਏ ਕਿ ਪੰਚਾਇਤ ਨੂੰ ਕਿੱਦਾਂ ਏਮਪਾਵਰ ਕਰਨਾ ਹੈ ਤਾਂ ਉਹਦੇ ਲਈ ਸਭ ਤੋਂ ਪਹਿਲੀ ਗੱਲ ਹੈ ਕਿ ਇਕੱਠੇ ਹੋਣਾ ਸਭ ਤੋਂ ਪਹਿਲਾ ਜਿਹੜਾ ਹੈਗਾ ਕੰਮ ਹੈਗਾ ਔਰ ਸਕੂਲਾਂ ਨੂੰ ਇਕੱਠੇ ਹੋ ਕੇ ਇੱਕ ਐਜੂਕੇਸ਼ਨ ਕਿੱਦਾਂ ਉਹਨਾਂ ਦੇ ਏਜੰਡੇ ਤੱਕ ਲੈ ਕੇ ਆਉਣਾ ਹੈਗਾ ਉਹ ਇਸ ਦਾ ਮੇਨ ਕੰਮ ਰਿਹਾ ਹੈਗਾ ਹੁਣ ਤੱਕ ਦਾ ਅਸੀਂ ਜੇ ਮੈਂ ਗੱਲ ਕਰਾਂ ਪੰਚਾਇਤਾਂ ਦੀ ਤਾਂ ਜਿਸ ਤਰ੍ਹਾਂ ਮੈਂ 1198 ਪੰਚਾਇਤਾਂ ਨੇ ਜ਼ਿਕਰ ਕਰਿਆ ਸੀਗਾ ਤੇ ਉਹਨਾਂ ਵਿੱਚੋਂ ਸਾਡੇ ਕੋਲ ਇੱਕ ਅੱਜ ਇੱਥੇ ਸਰਦਾਰ ਗੁਰਦੀਪ ਸਿੰਘ ਜੀ ਆਪਣੇ ਨਾਲ ਮੌਜੂਦ ਨੇ ਇੱਥੇ ਤੇ ਜਿਨ੍ਹਾਂ ਨਾਲ ਅਸੀਂ ਕੰਮ ਕੀਤਾ ਤੇ ਅਸੀਂ ਉਹਨਾਂ ਦੇ ਕੰਮ ਤੋਂ ਪ੍ਰਭਾਵਿਤ ਬਹੁਤ ਹੋਏ ਤੇ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਉਹਨਾਂ ਨੂੰ ਅੱਗੇ ਸਰਕਾਰ ਵੱਲੋਂ ਵੀ ਐਪਰੀਸ਼ੀਏਸ਼ਨ ਮਿਲੀ ਹੈ ਤੇ ਉਹ ਸਾਡੇ ਨਾਲ ਵੀ ਇੱਥੇ ਮੌਜੂਦ ਨੇ ਤੇ ਉਹ ਆਪਣਾ ਸਾਡੇ ਨਾਲ ਦਾ ਸਫ਼ਰ ਤੇ ਆਪਣੇ ਪਿੰਡ ਦੇ ਪ੍ਰਤੀ ਉਹਨਾਂ ਦਾ ਕੀ ਕੀ ਉਹਨਾਂ ਨੇ ਕਿ ਰੋਲਸ ਐਂਡ ਰਿਸਪੌਂਸਿਬਿਲਟੀ ਸਮਝੀਆਂ ਨੇ ਤੇ ਉਹ ਆਪਣੇ ਨਾਲ ਸਾਂਝਾ ਕਰਨਗੇ ਤਾਂ ਮੈਂ ਇਨਵਾਈਟ ਕਰਦਾ ਗੁਰਦੀਪ ਸਰ ਨੂੰ ਤੇ ਗੁਰਦੀਪ ਜੀ ਤੁਸੀਂ ਪਲੀਜ਼ ਥੋੜਾ ਜਿਆਦਾ ਦੱਸ ਪਾਓ ਹਨਾ ਅਗਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸਰ ਸਰਪੰਚ 2018 ਦਸੰਬਰ ਦੇ ਮਹੀਨੇ ਚ ਜਦੋਂ ਮੈਂ ਸਰਪੰਚ ਬਣਿਆ ਮੇਰੇ ਕੋਲ ਬਹੁਤ ਹੀ ਚੈਲੰਜਸ ਸੀ ਸਰਪੰਚਤਾ ਬਣ ਕੇ ਪਰ ਅੱਗੇ ਕੰਮ ਕਿਵੇਂ ਕਰਨੇ ਨੇ ਨਮਾ ਸੀ ਨਹੀਂ ਸੀ ਸਮਝ ਹੈਗੀ ਤੇ ਜਦੋਂ ਹੌਲੀ ਹੌਲੀ ਯੂਥ ਨਾਲ ਮਿਲ ਕੇ ਕੁਝ ਬਜ਼ੁਰਗਾਂ ਨਾਲ ਗੱਲਾਂ ਕਰਕੇ ਪਿੰਡ ਦੀ ਡਿਵੈਲਪਮੈਂਟ ਦੀਆਂ ਗੱਲਾਂ ਹੋਣ ਲੱਗੀਆਂ ਜੀ ਆਪਾਂ ਆਹ ਚੀਜ਼ ਡਿਵੈਲਪਮੈਂਟ ਕਰਨੀ ਆ ਗਲੀਆਂ ਟੋਬਾ ਗਰਾਊਂਡ ਐਜੂਕੇਸ਼ਨ ਰਿਸਪੈਂਸਰੀ ਬਹੁਤ ਸਾਰੇ ਚੈਲੰਜਸ ਆ ਗਏ ਜੀ ਬਟ ਉਹਨੂੰ ਪਹਿਲਾਂ ਆਪਾਂ ਕਰੀਏ ਕਿੱਦਾਂ ਇੱਕ ਸੀਕੁਐਂਸ ਤਿਆਰ ਕਰਨੀ ਪੈਂਦੀ ਏ ਤੇ ਲਈ ਸੀਕੁਐਂਸ ਤਿਆਰ ਕਰਨ ਦੇ ਵਿੱਚ ਜਦੋਂ ਮੇਰੇ ਪਿੰਡ ਦੀ ਜਿਹੜੀ ਸਕੂਲ ਦੀ ਬਿਲਡਿੰਗ ਸੀ ਉਹ ਅਨਸੇਫ ਸੀ 1998 ਤੋਂ ਅਨਸੇਫ ਕਰਾ ਦਿੱਤੀ ਸੀ ਉਸ ਤੋਂ ਪਹਿਲਾਂ ਜਿਹੜੇ ਮੇਰੇ ਤੋਂ ਪਹਿਲਾਂ ਸਰਪੰਚ ਆਏ ਨੇ 1998 ਤੋਂ ਬਾਅਦ 2018 ਤੱਕ ਉਹਨਾਂ ਨੇ ਐਫਰਟਸ ਕੀਤੇ ਹੋਣੇ ਬਟ ਉਹ ਸਕਸੈਸ ਨਹੀਂ ਹੋਏ ਕਿਉਂ ਨਹੀਂ ਉਹ ਸਕਸੈਸ ਹੋਈ ਨਹੀਂ ਕਿਉਂਕਿ ਉਹਨਾਂ ਨੂੰ ਸਾਂਝੀ ਸਿੱਖਿਆ ਵਰਗਾ ਪਲੇਟਫਾਰਮ ਨਹੀਂ ਮਿਲਿਆ ਮੈਂ ਖੁਦ ਇੱਕ ਆਪਣਾ ਮਲੱਕੀ ਸਮਝਦਾ ਜੀ ਮੈਨੂੰ ਸਾਂਝੀ ਸਿੱਖਿਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਦੋਂ ਗਰਮੀਆਂ ਦੇ ਦਿਨਾਂ ਵਿੱਚ ਅਸੀਂ ਸਕੂਲ ਦੇ ਬਾਹਰ ਖੜੇ ਸੀ ਬੱਚੇ ਪੂਰੇ ਭਿੱਜ ਕੇ ਨੁੱਚੜ ਕੇ ਤਾਂ ਸਕੂਲ ਤੋਂ ਘਰ ਨੂੰ ਜਾ ਰਹੇ ਸੀ ਤੇ ਮੇਰੇ ਨਾਲ ਦੇ ਪਿੰਡ ਦੇ ਜਿਹੜੇ ਨਾਲ ਦੇ ਨੌਜਵਾਨ ਸੀ ਉਹ ਕਹਿੰਦੇ ਵੀ ਸਰਪੰਚ ਯਰ ਆਪਾਂ ਆਪਾਂ ਗੱਡ ਏਸੀ ਜ ਰਹਿਨੇ ਆ ਗੱਡੀਆਂ ਏਸੀ ਨੇ ਸਾਰਾ ਕੋਈ ਆਪਾਂ ਸਕੂਲ ਲਈ ਕੀ ਕਰਦੇ ਆ ਮੈਂ ਕਿਹਾ ਦੱਸੋ ਕਹਿੰਦੇ ਏਸੀ ਲਵਾਉਣਾ ਜੀ ਉਸੇ ਸਮੇਂ ਅਸੀਂ ਤਿੰਨ ਚਾਰ ਮੁੰਡਿਆਂ ਨੇ ਡਿਸਾਈਡ ਕੀਤਾ ਵੀ ਸਵੇਰੇ ਕੱਲ ਨੂੰ ਸ਼ਾਮ ਤੱਕ ਸਕੂਲ 'ਚ ਏਸੀ ਲੱਗਣਾ ਚਾਹੀਦਾ ਸਾਡਾ ਸਕੂਲ ਟੁੱਟਿਆ ਹੋਇਆ ਸੀ ਬਿਲਕੁਲ ਟੁੱਟਿਆ ਪਰ ਅਸੀਂ ਏਸੀ ਲਵਾਤਾ ਉੱਥੇ ਜਿਵੇਂ ਮਰਜ਼ੀ ਕਰਕੇ ਏਸੀ ਲੱਗ ਗਿਆ ਤੇ ਜਦੋਂ 2019 ਦੇ ਵਿੱਚ ਗੁਰਪ੍ਰੀਤ ਸਰੋਂ ਹੀ ਆਏ ਸਾਡੇ ਪਿੰਡ ਸਕੂਲ ਦੇਖਣ ਆ ਉਹਨਾਂ ਨੇ ਦੇਖਿਆ ਵੀ ਸਕੂਲ ਦੀ ਬਿਲਡਿੰਗ ਦੀ ਖਸਤਾ ਹਾਲ ਤਾਂ ਬਹੁਤ ਆ ਪਰ ਇੱਥੇ ਏਸੀ ਲੱਗਿਆ ਹੋਇਆ ਉਹਦੇ ਨਾਲ ਥੋੜਾ ਜਿਹਾ ਮੇਰੀ ਗੁੱਡਵਿਲ ਬਣ ਗਈ ਵੀ ਸਰਪੰਚ ਨੂੰ ਮਿਲਣਾ ਚਾਹਣਾ ਹੈ ਅਸੀਂ ਵੀ ਜਿਹੜਾ ਸਕੂਲ ਦੀ ਬਿਲਡਿੰਗ ਤਾਂ ਚਲੋ ਜਿਹੜੀ ਹੈਗੀ ਸੀ ਬਟ ਉਹਨੇ ਐਫਰਡ ਕੀਤੇ ਏਸੀ ਲੱਗ ਗਿਆ ਸਕੂਲ ਦੇ ਵਿੱਚ ਤੇ ਉਹਨਾਂ ਨੂੰ ਫਿਰ ਜਦੋਂ ਅਸੀਂ ਸਾਡੀ ਇੱਕ ਮੀਟਿੰਗ ਰੱਖੀ ਗਈ ਆ 12 ਮਾਰਚ 2020 ਦੇ ਵਿੱਚ ਜੋ ਮੀਟਿੰਗ ਦੇ ਵਿੱਚ ਸਾਰਾ ਪਿੰਡ ਦੇ ਮੁਦਵਰ ਬੰਦੇ ਪੰਚਾਇਤ ਐਸ ਐਮ ਸੀ ਕਮੇਟੀ ਠੀਕ ਆ ਜੀ ਹੋਰ ਵੀ ਜਿਲ੍ਹੇ ਪੰਚਾਇਤ ਮੈਂਬਰ ਸਾਰੇ ਜਿੰਨ ਕਿ ਜਿਹੜੇ ਪਿੰਡ ਦੇ ਵਿੱਚ ਜਿਹੜੇ ਵਧੀਆ ਬੰਦੇ ਸੀ ਉਹ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਸੀ ਸਕੂਲ ਵਿੱਚ ਇਕੱਠੇ ਹੋ ਗਏ ਪਹਿਲਾਂ ਸੀ ਟੀਚਰ ਸਾਹਿਬਾਨਾਂ ਨੇ ਪੁੱਛਿਆ ਜੀ ਵੀ ਆਪਾਂ ਸਕੂਲ ਲਈ ਕੀ ਕਰ ਸਕਦੇ ਆ ਕਿਉਂਕਿ ਸਾਂਝੀ ਸਿੱਖਿਆ ਦਾ ਮੇਨ ਮੋਟਿਵ ਇਹੀ ਸੀ ਵੀ ਸਕੂਲਾਂ ਨੂੰ ਅਪਗ੍ਰੇਡ ਕਿਵੇਂ ਕੀਤਾ ਜਾਵੇ ਤਾਂ ਉਹਨਾਂ ਨੇ ਸਾਨੂੰ ਦੱਸਿਆ ਚੈਲੰਜ ਬਹੁਤ ਵੱਡਾ ਆ ਗਿਆ ਜੀ ਸਮਝ ਹੈ ਨਹੀਂ ਸੀ ਕੁਝ ਤੇ ਅਸੀਂ ਲੱਗੇ ਹੋਏ ਸੀ ਆਪਣੇ ਹਿਸਾਬ ਨਾਲ ਬਟ ਇੱਕ ਸਾਨੂੰ ਦਿਸ਼ਾ ਜਦੋਂ ਦੇਖਣੀ ਸੀ ਸਾਹਮਣੇ ਸਾਨੂੰ ਟਾਰਗੇਟ ਸਾਨੂੰ ਦਿਖ ਰਿਹਾ ਸੀ ਪਰ ਉੱਥੇ ਪਹੁੰਚਣਾ ਕਿਵੇਂ ਆ ਉਹ ਤਾਂ ਸਾਨੂੰ ਸਮਝ ਨਹੀਂ ਆ ਰਹੀ ਸੀ ਗੁਰਪ੍ਰੀਤ ਸਰ ਆਏ ਉਹਨਾਂ ਨੇ ਮੀਟਿੰਗ ਰੇਂਜ ਕੀਤੀ ਮੀਟਿੰਗ ਦੇ ਵਿੱਚ ਮੁੱਦੇ ਨਿਕਲ ਕੇ ਆਈ ਸਭ ਤੋਂ ਪਹਿਲਾਂ ਸਕੂਲ ਦੀ ਜਿਹੜੀ ਬਿਲਡਿੰਗ ਆ ਜੀ ਸਭ ਤੋਂ ਪਹਿਲਾਂ ਇਹ ਬਣਾਈ ਜਾਵੇ ਇਹ ਬਣਾਉਣ ਦਾ ਮਕਸਦ ਕੀ ਦੀ ਵੀ ਜੇ ਸਕੂਲ ਹੀ ਨਹੀਂ ਵਧੀਆ ਦਿਖੂਗਾ ਤਾਂ ਉੱਥੇ ਬੱਚੇ ਪੜਨਗੇ ਕਿਵੇਂ ਤੇ ਨੰਬਰ 2 ਤੇ ਕੀ ਸੀ ਉਹ ਸਕੂਲ ਕਦੇ ਵੀ ਕਿਸੇ ਵੀ ਟਾਈਮ गिर ਸਕਦਾ ਸੀ ਫਿਰ ਜਿਹੜੇ ਸਾਰੇ ਟੀਚਰ ਸਾਹਿਬਾਨ ਨੇ ਉਹਨਾਂ ਕਹੇ ਪਹਿਲਾਂ ਆਪਾਂ ਬਿਲਡਿੰਗ ਲਈ ਕੁਝ ਕਰਨਾ ਹੈ ਚਲੋ ਹੌਲੀ ਹੌਲੀ ਅੱਗੇ ਇਦਾਂ ਹੀ ਜੂਮ ਤੇ ਮੀਟਿੰਗਾਂ ਹੋ ਰਹੀਆਂ ਫਿਰ ਇੱਕ ਵੀਡੀਓ ਤੇ ਬੀਪੀਓ ਮੈਮ ਨਾਲ ਸਾਡੀ ਆਨਲਾਈਨ ਮੀਟਿੰਗ ਅਰੇਂਜ ਹੋ ਗਈ ਜੀ ਉਹਦੇ ਵਿੱਚ ਚਲੋ ਮੈਨੂੰ ਬੋਲਣ ਦਾ ਮੌਕਾ ਮਿਲਿਆ ਮੈਂ ਆਪਣੇ ਸਕੂਲ ਦੀਆਂ ਜੋ ਵੀ ਫਾਈਂਡ ਆਊਟ ਕੀਤੀਆਂ ਸੀ ਦਿੱਕਤਾਂਈ ਪ੍ਰੋਬਲਮਸ ਉਹ ਮੈਂ ਸਾਰੀਆਂ ਸ਼ੇਅਰ ਕਰਤੀਆਂ ਤੇ ਮੈਮ ਨੇ ਮੈਨੂੰ ਪਰਸਨਲੀ ਕਿਹਾ ਵੀ ਤੁਸੀਂ ਆ ਕੇ ਮੈਨੂੰ ਮਿਲੋ ਉਹ ਤੋਂ ਬਾਅਦ ਉਹਨਾਂ ਨੇ ਜਦੋਂ ਸਾਨੂੰ ਅਸੀਂ ਮਿਲੇ ਉਹਨਾਂ ਨੇ ਸਰਕਾਰ ਨੂੰ ਅੱਗੇ ਮੰਗ ਪੱਤਰ ਦੇਣੇ ਸਟਾਰਟ ਕਰਤੇ ਅਸੀਂ ਆਪਣੇ ਵੱਲੋਂ ਜ਼ੋਰ ਲਾਇਆ ਜੀ ਸਕੂਲ ਦੀ ਕਮੇਟੀ ਨੇ ਆਪਣੇ ਵੱਲੋਂ ਜ਼ੋਰ ਲਾਇਆ ਸਾਡੇ ਸਕੂਲ ਨੂੰ ਜੀ ਫੰਡ ਆਉਣੇ ਸਟਾਰਟ ਹੋ ਗਏ ਕੰਡੌਣੇ ਸਟਾਰਟ ਹੋਣ ਤੋਂ ਬਾਅਦ ਸਾਰੀ ਬਿਲਡਿੰਗ ਪਹਿਲਾਂ ਢਾਈ ਗਈ ਜੀ ਫਿਰ ਹੁਣ ਨਵਾਂ ਸਟਰਕਚਰ ਸਾਰਾ ਤਿਆਰ ਕੀਤਾ ਜੀ ਸਟਰਕਚਰ ਤਿਆਰ ਹੋਣ ਤੋਂ ਬਾਅਦ ਫਿਰ ਸਾਰਾ ਜਿਨਕਿ ਹੁਣ ਜੋ ਨਵੇਂ ਇੱਕ ਮਾਡਰਨ ਸਕੂਲ ਹੁੰਦੇ ਨੇ ਜੀ ਠੀਕ ਹੈ ਜੀ ਉਦਾਂ ਦਾ ਮੇਰਾ ਸਕੂਲ ਬਣ ਚੁੱਕਿਆ ਜੀ ਇਹ ਇੱਕ ਮੇਰਾ ਚੈਲੰਜ ਸੀ ਵੀ ਜਦੋਂ ਸਕੂਲ ਦਾ ਕੰਮ ਸਾਰਾ ਨੇਪਰੇ ਚੜ ਗਿਆ ਫਿਰ ਦੂਜਾ ਚੈਲੰਜ ਆ ਗਿਆ ਜੀ ਅੰਗਣਵਾੜੀ ਦਾ ਜੀ ਕਿਉਂਕਿ ਉਹ ਵੀ ਸਾਡੇ ਸਕੂਲ ਦੇ ਵਿੱਚ ਹੀ ਆ ਜੀ ਸਕੂਲ ਦੇ ਵਿੱਚ ਫਿਰ ਅੰਗਣਵਾੜੀ ਦਾ ਕਮਰਾ ਜਦੋਂ ਸਾਡਾ ਇੱਕ ਸਕੂਲ ਬਣ ਗਿਆ ਜੀ ਤਾਂ ਦੂਜੀ ਜਿਹੜੇ ਅੰਗਣਵਾੜੀ ਦੇ ਟੀਚਰ ਸਾਹਿਬਾਨ ਨੇ ਉਹ ਕਹਿੰਦੇ ਵੀ ਸਰਪੰਚ ਸਾਹਿਬ ਤੁਸੀਂ ਸਕੂਲ ਦਾ ਕਮਰਾ ਤਾਂ ਬਹੁਤ ਵਧੀਆ ਬਣਾਤਾ ਹੁਣ ਸਾਡੇ ਬਾਰੇ ਕੀ ਕਰੋਗੇ ਤੁਸੀਂ ਸਾਡੇ ਬਾਰੇ ਕੋਈ ਸੋਚੋ ਇੱਕ ਐਜੂਕੇਸ਼ਨ ਦਾ ਮੇਰਾ ਉਹ ਕੰਮ ਕਰਨ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਆਲੇ-ਦਾਲ ਦੇ ਪਿੰਡਾਂ ਨੂੰ ਤੇ ਟੀਚਰ ਸਾਹਿਬਾਨ ਨੂੰ ਇੱਕ ਹੌਸਲਾ ਮਿਲਿਆ ਵੀ ਆਪਾਂ ਇੱਕ ਇੱਕ ਕੰਮ ਹੋ ਗਿਆ ਆਪਾਂ ਹੁਣ ਦੂਜਾ ਕ ਫਿਰ ਅੰਗਣਵਾੜੀ ਦਾ ਕਮਰਾ ਤਿਆਰ ਕੀਤਾ ਜੀ ਅੱਜ ਮੈਂ ਉਸੇ ਸਕੂਲ ਦੇ ਵਿੱਚ ਅੰਗਣਵਾੜੀ ਦਾ ਜੀ ਐਮਪੀ ਫੰਡ ਲੈ ਕੇ ਡਾਕਟਰ ਆਮਰ ਸਿੰਘ ਨੇ ਸਾਡੇ ਫਤਗੜ ਸਾਹਿਬ ਤੋਂ ਵੀ ਐਮਪੀ ਲਾਸਟ ਟਾਈਮ ਵੀ ਹੋਈ ਸੀ ਤੇ ਹੁਣ ਵੀ ਹੋਈ ਨੇ ਜੀ ਉਹਨਾਂ ਤੋਂ ਫੰਡ ਲੈ ਕੇ ਤੇ ਅਸੀਂ ਇੱਕ ਕਮਰਾ ਇੱਕ ਹੋਰ ਰੇਂਜ ਕਰ ਲਿਆ ਜੀ ਹੁਣ ਚਲੋ ਹੁਣ ਤਾਂ ਚੋਣਾ ਦੁਬਾਰਾ ਹੋ ਗਿਆ ਸਰਪੰਚੀ ਦੀਆਂ ਬਟ ਮੇਰੇ ਫੇਰ ਵੀ ਉਸ ਉਸ ਦਰੋਂ ਤੋਂ ਬਾਅਦ ਟੀਚਰ ਸਾਹਿਬਾਨ ਨਾਲ ਮੇਰਾ ਮੈਂ ਡੇਲੀ ਟੱਚ 'ਚ ਰਹਿਣ ਡੇਲੀ ਮੰਥਲੀ ਦੇ ਵਿੱਚ ਇੱਕ ਨਾ ਫੋਨ ਕਰ ਲੈਣਾ ਮੈਮ ਠੀਕ ਹੁ ਸਾਰੇ ਜਿਹੜੇ ਉਸ ਸਮੇਂ ਕੰਮ ਕਰਾਉਣ ਵਾਲੇ ਸੀ ਬਿਲਡਿੰਗ ਤਿਆਰ ਹੋਣ ਤੋਂ ਬਾਅਦ ਇਨਵਰਟਰ ਲੱਗ ਗਿਆ ਜੀ ਸੋਲਰ ਸਿਸਟਮ ਲੱਗ ਗਿਆ ਜੀ ਸਕਰੀਨ ਲੱਗੀ ਜੀ ਵਾਟਰ ਕੁਲਰ ਲੱਗ ਗਿਆ ਜੀ ਜਨਨ ਕਿ ਜੋ ਵੀ ਫੈਸਿਲਟੀਆਂ ਸਰਕਾਰ ਵੱਲੋਂ ਮੁਹਈਆ ਕਰਵਾ ਸਕਦਾ ਸੀ ਜਾਂ ਕੁਝ ਆਪਣੇ ਸੱਜਣ ਮਿੱਤਰਾਂ ਤੋਂ ਰੇਂਜ ਕਰਕੇ ਉਹ ਆਪਾਂ ਕਰਵਾਉਂਦੇ ਰਿਹਾ ਜੀ ਤੇ ਹੁਣ ਵੀ ਮੈਡਮਾਂ ਨੂੰ ਇਹ ਹੌਸਲਾ ਹੈ ਜੀ ਵੀ ਕਿਤੇ ਵੀ ਸਾਨੂੰ ਕੋਈ ਦਿੱਕਤ ਆਉਂਦੀ ਹੈ ਜੀ ਵੀ ਗੁਰਦੀਪ ਸਿੰਘ ਹੈਗੇ ਨੇ ਕਿ ਤਰ੍ਹਾਂ ਕਿਤੇ ਉਹ ਉਹ ਸਾਰਾ ਥੋੜਾ ਬਹੁਤਾ ਮੈਂ ਹੈਲਪ ਕਰ ਦਿੰਦਾ ਜੀ ਤੇ ਸਾਂਝੀ ਸਿੱਖਿਆ ਪਰ ਜਦੋਂ ਇਹ ਸਟਾਰਟ ਹੋਈ ਸੀ ਸਾਂਝੀ ਸਿੱਖਿਆ ਸਟਾਰਟ ਹੋਈ 2018 ਚ ਸ਼੍ਰੀ ਫਤਗੜ ਸਾਹਿਬ ਤੋਂ ਸ਼ਹੀਦਾਂ ਦੀ ਧਰਤੀ ਤੋਂ ਸਟਾਰਟ ਹੋ ਕੇ ਅੱਜ ਇਹ ਚਾਰ ਜ਼ਿਲ੍ਹਿਆਂ ਦੇ ਵਿੱਚ ਕੰਮ ਕਰ ਰਹੀ ਹੈ ਜੀ ਇਸ ਲਈ ਸਾਨੂੰ ਬੁਲਾਇਆ ਵੀ ਜਾਂਦਾ ਜੀ ਲਾਸਟ ਥੋੜੇ ਟਾਈਮ ਪਹਿਲਾਂ ਥਾਪਰ ਯੂਨੀਵਰਸਿਟੀ ਇਹਨਾਂ ਦਾ ਪ੍ਰੋਗਰਾਮ ਸੀ ਉੱਥੇ ਵੀ ਗਏ ਆ ਦਿੱਲੀ ਵੀ ਗਏ ਆ ਜੀ ਮੈਂ ਫਿਰ ਇੱਕ ਅੰਮ੍ਰਿਤਸਰੀ ਅੰਮ੍ਰਿਤਸਰ ਦਾ ਪ੍ਰੋਗਰਾਮ ਸੀ ਸਰਪੰਚਾਂ ਸਮਾਦ ਉੱਥੇ ਵੀ ਸਾਂਝੀ ਸਿੱਖਿਆ ਥਰੂ ਮੈਂ ਜਾ ਕੇ ਆ ਜੀ ਯਾਨੀ ਕਿ ਉੱਥੇ ਯਾਨੀ ਕਿ ਜਿਹੜੀ ਸਾਂਝੀ ਸਿੱਖਿਆ ਦਾ ਇਹ ਕੰਮ ਤੋਰਿਆ ਜੀ ਬਹੁਤ ਹੀ ਵਧੀਆ ਕੰਮ ਆ ਜੀ ਬਹੁਤ ਹੀ ਸਲਾੰਗਾ ਜੋ ਕੰਮ ਆ ਜੀ ਤੇ ਜਦੋਂ ਵੀ ਮੇਰੀ ਸਾਂਝੀ ਸਿੱਖਿਆ ਲੋੜ ਪਊਗੀ ਤਾਂ ਮੈਂ ਖੜੂਗਾ ਨਾਲ ਜੀ ਇਹਨਾਂ ਦੇ ਧੰਨਵਾਦ ਜੀ ਥੈਂਕ ਯੂ ਸੋ ਮਚ ਸਰ ਤੁਸੀਂ ਆਪਣੀ ਜਿਹੜੀ ਜਰਨੀ ਹੈ ਸਾਂਝੀ ਕੀਤੀ ਜਿਸ ਤਰ੍ਹਾਂ ਸਰ ਨੇ ਜ਼ਿਕਰ ਕੀਤਾ ਕਿ 2018 ਦਾ ਜ਼ਿਕਰ ਕਰ ਰਹੇ ਸੀ ਸਰ ਤਾਂ ਮੈਂ ਧਿਆਨ ਚ ਲੈ ਕੇ ਹੋਣਾ ਚਾਹਨਾ ਜਿਸ ਤਰ੍ਹਾਂ ਮੈਂ ਮੈਂ ਵੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ 2018 ਤੋਂ ਸ਼ੁਰੂਆਤ ਕੀਤੀ ਸੀ ਤਾਂ ਸ਼ੁਰੂਆਤ ਤੋਂ ਸਾਡੇ ਨਾਲ ਸਰ ਜੁੜੇ ਹੋਏ ਨੇ ਤੇ ਸਰ ਨੇ ਆਪਣਾ ਜੋ ਜਰਨੀ ਹੈ ਉਹ ਸਾਂਝੀ ਕੀਤੀ ਹੈ ਸਰ ਥੈਂਕ ਯੂ ਸੋ ਮਚ ਤੇ ਜਿਸ ਤਰ੍ਹਾਂ ਇੱਕ ਗੁਰਪ੍ਰੀਤ ਇਹਨਾਂ ਨੇ ਨਾਮ ਲਿਆ ਸੀ ਤਾਂ ਗੁਰਪ੍ਰੀਤ ਸਾਡੇ ਪਹਿਲੇ ਕੋਟ ਦੇ ਯੰਗ ਲੀਡਰ ਸੀ ਜਿਨ੍ਹਾਂ ਨਾਲ ਇਹਨਾਂ ਦਾ ਰਾਤ ਤੱਕ ਕੈਂਪ ਹੋਇਆ ਤੇ ਉਹ ਰਾਤ ਤੱਕ ਕੈਂਪ ਹੋਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਤੇ ਸ਼ਾਇਦ ਸਾਡੇ ਲਈ ਵੀ ਬਹੁਤ ਸਾਰੇ ਰਸਤੇ ਖੁੱਲ੍ਹੇ ਤੇ ਨਾਲ ਨਾਲ ਸਰ ਨੂੰ ਵੀ ਸ਼ਾਇਦ ਅੱਗੇ ਕੁਝ ਚੀਜ਼ਾਂ ਕਰਨ ਦਾ ਮੌਕਾ ਮਿਲੇ ਤਾਂ ਆਪਾਂ ਅੱਗੇ ਵਧਦੇ ਹਾਂ ਇਸ ਕੜੀ ਨੂੰ ਜੋੜਦੇ ਹੋਏ ਤਾਂ ਅੱਗੇ ਸਾਡੇ ਨਾਲ ਸਾਡੇ ਜਿਹੜੇ ਯੰਗ ਲੀਡਰ ਨੇ ਉਹ ਉਹ ਮੌਜੂਦ ਨੇ ਸ਼ਿਖਾ ਤੇ ਉਹ ਸ਼ਿਖਾ ਤੁਹਾਡੇ ਨਾਲ ਆਪਣੀ ਜਿਹੜੀ ਹੈਗੀ ਜਰਨੀ ਸਾਂਝੀ ਕਰਨਗੇ ਤੇ ਆਪਣੇ ਸਫ਼ਰ ਬਾਰੇ ਦੱਸਣਗੇ ਤੇ ਮੈਂ ਇਨਵਾਈਟ ਕਰਦਾ ਸ਼ਿਖਾ ਪਲੀਜ਼ ਤੁਸੀਂ ਆਓ ਤੇ ਆਪਣੀ ਜਰਨੀ ਨੂੰ ਸਾਂਝਾ ਕਰੋ ਹਾਂਜੀ ਥੈਂਕ ਯੂ ਗੁਰਜੰਟ ਵੀਰ ਜੀ ਸਾਸ਼ਿਕਾ ਸਾਇਆ ਨੂੰ ਮੇਰੇ ਵੱਲੋਂ ਮੇਰਾ ਨਾਮ ਸ਼ਿਖਾਇਆ ਐਕਚੁਅਲੀ ਮੈਂ ਆਪਣੀ ਵੀਡੀਓ ਤਾਂ ਨਹੀਂ ਔਨ ਕਰੀ ਕਿਉਂਕਿ ਮੈਂ ਵੀਡੀਓ ਔਨ ਲਈ ਤਾਂ ਮੇਰੀ ਵੌਇਸ ਚੱਲੇ ਜਾਣੀ ਗ੍ਰੱਪਟ ਹੋ ਜੇਗੀ ਉਹ ਸੋ ਮੈਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਦੱਸਦੀ ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮੇਰਾ ਨਾਮ ਸ਼ਿਖਾਇਆ ਤੇ ਮੈਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਰਹਿਣ ਵਾਲੀ ਆ ਤੇ ਮੇਰੇ ਲਈ ਬੜੀ ਇਹ ਖੁਸ਼ੀ ਦੀ ਗੱਲ ਹੈ ਕਿ ਮੈਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਹੀ ਕੰਮ ਕਰ ਰਹੀ ਆ ਮੇਰਾ ਮਹਾਦੀਆ ਮਹਾਦੀਆ ਬਲਾਕ ਤੇ ਰੁਪਾਲਹੇੜੀ ਕਲਸਟਰ ਤਾਂ ਮੈਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਥੋੜਿਆ ਐਕਸਪਲੇਸ਼ਨ ਦੱਸੂਗੀ ਕਿ ਮੈਂ ਕਿਉਂ ਕੀ ਆ ਮੈਂ ਕੀ ਮੈਂ ਕੀ ਕਰਨਾ ਚਾਹੁੰਦੀ ਆ ਮੈਂ ਉਹਨਾਂ ਬੱਚਿਆਂ ਦੀ ਗਰੋਥ ਲਈ ਕੰਮ ਕਰਨਾ ਚਾਹੁੰਦੀ ਸੀ ਉਹਨਾਂ ਬੱਚਿਆਂ ਦੀ ਸਿੱਖਿਆ ਦੇ ਸੁਧਾਰ ਲਈ ਕੰਮ ਕਰਨਾ ਚਾਹੁੰਦੀ ਸੀ ਤੇ ਜਿਹੜਾ ਉਹਨਾਂ ਵਿੱਚ ਛੁਪਿਆ ਹੋਇਆ ਟੈਲੈਂਟ ਉਹਨਾਂ ਨੂੰ ਖੋਜ ਕੇ ਬਾਹਰ ਕੱਢਣਾ ਤੇ ਉਹਨਾਂ ਨੂੰ ਇੱਕ ਨਵੀਂ ਦਿਸ਼ਾ ਦੇਣੀ ਤਾਂ ਉਸ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਇੰਪਰੂਵ ਕਰਨਾ ਚਾਹੁੰਦੀ ਸੀ ਮੈਂ ਕੀ ਕਰਨਾ ਚਾਹੁੰਦੀ ਆ ਤੇ ਆਪਣੇ ਆਪ ਨੂੰ ਇੰਪਰੂਵ ਕਰਕੇ ਉਸ ਤੋਂ ਉਸ ਤੋਂ ਬਾਅਦ ਇੱਕ ਵੱਡਾ ਇੰਪੈਕਟ ਦੇ ਵੱਲ ਕਦਮ ਵਧਾਉਣਾ ਚਾਹੁੰਦੀ ਆ ਮੈਂ ਆਪਣੇ

ਇਸ ਨੂੰ ਚੁਣਨ ਦਾ ਫੈਸਲਾ ਲਿਆ ਤੇ ਮੈਂ ਇਹਦੇ ਵਿੱਚ ਰਹਿ ਕੇ ਉਸकी ਸਿੱਖਿਆ ਨੂੰ ਹੋਰ ਡੂੰਘਾਈ ਦੇ ਨਾਲ ਜਾਨਣਾ ਚਾਹੁੰਦੀ ਸੀ ਤਾਂਕਿ ਮੈਂ ਜਿਹੜੇ ਬੱਚੇ ਆ ਜਿਹੜੇ ਇਕਨੋਮਿਕਲੀ ਵੀਕ ਨੇ ਆਰਥਿਕ ਤੌਰ ਤੇ ਵੀਕ ਨੇ ਉਹਨਾਂ ਨੂੰ ਮਦਦ ਕਰ ਸਕਾਂ ਸੋ ਮੈਂ ਆਪਣਾ ਜਿਹੜਾ ਸਟੈਪ ਹੈ ਅੱਗੇ ਵਧਾਇਆ ਸੋ ਨੈਕਸਟ ਵੀਰ ਜੀ ਤੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਆ ਕਿ ਮੈਂ ਰੂਪਾਲਿਹੜੀ ਕਲਸਟਰ ਦੇ ਵਿੱਚ ਕੰਮ ਕਰ ਰਹੀ ਆਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਬਲਾਕ ਮਹਾਦੀਆਂ ਜਿਹਦੇ ਵਿੱਚ ਮੇਰੇ ਕੋਲ ਪ੍ਰਾਇਮਰੀ ਸਕੂਲ 7 ਨੇ ਜਿਹਦੇ ਵਿੱਚ ਟੀਚਰ 12 ਨੇ ਤੇ ਸਟੂਡੈਂਟਸ ਦੀ ਜਿਹੜੀ ਐਨਰੋਲਮੈਂਟ ਹੈ 290 ਦੇ ਕਰੀਬ ਆ ਤੇ ਜਿਹਦੇ ਵਿੱਚ ਸਿੰਗਲ ਟੀਚਰ ਸਕੂਲ 3 ਨੇ ਤੇ ਜਿਹਦੇ ਵਿੱਚ ਇੱਕ ਜਿਹੜਾ ਸਕੂਲ ਆ ਟੀਚਰ ਲੈਸ ਸਕੂਲ ਆ ਜਿੱਥੇ ਬੱਚੇ ਮਤਲਬ ਕਿ ਇਦਾਂ ਆ ਕਿ ਹਫਤੇ ਵਿੱਚ ਇੱਕ ਵਾਰੀ ਟੀਚਰ ਆਉਂਦਾ ਉਸ ਤੋਂ ਬਾਅਦ ਫੇਰ ਚੇਂਜ ਹੋ ਜਾਂਦਾ ਹੈ ਮਹੀਨੇ ਬਾਅਦ ਟੀਚਰ ਆਉਂਦਾ ਫੇਰ ਚੇਂਜ ਹੋ ਜਾਂਦਾ ਮਤਲਬ ਕਿ ਡੈਪੋਟੇਸ਼ਨ ਤੇ ਸਕੂਲ ਚੱ ਇਦੇ ਵਿੱਚ ਮੈਨੂੰ ਚੈਲੰਜ ਆਏ ਨੇ ਜਿਹੜਾ ਮੇਰਾ ਕਲਸਟਰਡ ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸਿੰਗਲ ਟੀਚਰ ਸਕੂਲਸ ਨੇ ਪੰਚਾਇਤ ਤੇ ਜਿਹੜੀ ਐਸਐਮਸੀ ਆ ਉਹਨਾਂ ਨੂੰ ਆਪਣੇ ਰੋਲਸ ਬਾਰੇ ਤਾਂ ਬਿਲਕੁਲ ਹੀ ਨਹੀਂ ਪਤਾ ਸੀ ਤੇ ਨਾ ਹੀ ਉਹ ਐਕਟਿਵ ਸੀ ਮਤਲਬ ਕਿ ਉਹ ਜਾਣਣਾ ਜਾਣਣਾ ਪਸੰਦ ਵੀ ਨਹੀਂ ਕਰ ਰਹੇ ਸੀ ਅਗਰ ਉਹਨਾਂ ਨੂੰ ਕੋਈ ਅਵੇਅਰ ਕਰਨਾ ਚਾਵੇ ਤੇ ਉਸ ਤੋਂ ਬਾਅਦ ਸਾਰੇ ਸਕੂਲਾਂ ਵਿੱਚ ਮੈਂ ਇੱਕ ਕਾਮਨ ਪ੍ਰੋਬਲਮ ਪਾਈਗੀ ਉੱਥੇ ਜਿਹੜਾ ਸਾਫ਼ ਪਾਣੀ ਦੀ ਪੀਣ ਦੀ ਸਮੱਸਿਆ ਪਾਣੀ ਜਿਹੜਾ ਪਿੰਨੇ ਆਪਾਂ ਮਤਲਬ ਕਿ ਕਿਸੇ ਵੀ ਸਕੂਲ ਵਿੱਚ ਸਾਫ਼ ਨਹੀਂ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਮੀਂਹ ਦਾ ਪਾਣੀ ਆ ਹਰ ਇੱਕ ਸਕੂਲ ਦੇ ਵਿੱਚ ਇਕੱਠਾ ਹੋ ਜਾਂਦਾ ਤੇ ਉੱਥੇ ਇੱਕ ਛੱਪੜ ਵਾਂਗੂ ਮਤਲਬ ਕਿ ਦਿਖਣ ਲੱਗ ਜਾਂਦਾ ਸੀਗਾ ਸਕੂਲ ਜਦੋਂ ਉੱਥੇ ਪਾਣੀ ਇਕੱਠਾ ਹੋ ਜਾਂਦਾ ਸੀ ਕੋਈ ਨਿਕਾਸੀ ਦੀ ਮਤਲਬ ਕਿ ਪੂਰੀ ਨਿਕਾਸੀ ਨਹੀਂ ਹੁੰਦੀ ਸੀਗੀ ਪਾਣੀ ਦੀ ਨੈਕਸਟ ਵੀਰ ਜੀ ਨੈਕਸਟ ਕਰ ਦਿਓ ਹਾਂਜੀ ਤਾਂ ਆਓ ਮੈਂ ਤੁਹਾਨੂੰ ਆਪਣੀ ਸਟੋਰੀ ਦਾ ਪਹਿਲਾ ਦ੍ਰਿਸ਼ ਵਾਂ ਲੈ ਕੇ ਚੱਲਦੀ ਆ ਤਾਂ ਜਿੱਦਾਂ ਕੀ ਮੈਂ ਆਪਣੀ ਸ਼ੁਰੂਆਤ ਕੀਤੀ ਮੈਂ ਜਦੋਂ ਸਕੂਲ ਵਿੱਚ ਵਿਜ਼ਿਟ ਕੀਤਾ ਡੜਿਆਣਾ ਦੇ ਵਿੱਚ ਜਾ ਕੇ ਤਾਂ ਮੈਂ ਬੱਚਿਆਂ ਨੂੰ ਇੱਕ ਸਵਾਲ ਪਾਇਆ ਕਿ ਬੱਚਿਓ ਤੁਸੀਂ ਆਪਣਾ ਸਕੂਲ ਕਿੱਦਾਂ ਦਾ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਬੱਚਿਆਂ ਵੱਲੋਂ 네ਗੇਟਿਵ ਪੁਆਇੰਟ ਅਮਰੀਕੀ ਸੁਣਨ ਨੂੰ ਮਿਲੇ ਕਿ ਦੀਦੀ ਅਸੀਂ ਤਾਂ ਸਕੂਲ ਸਾਡਾ ਸਕੂਲ ਤਾਂ ਇੱਕ ਜੰਗਲ ਦੀ ਤਰ੍ਹਾਂ ਦਿਖਦਾ ਹੈ ਅਸੀਂ ਕੀ ਦੱਸੀ ਆਪਣੇ ਸਕੂਲ ਬਾਰੇ ਨਾ ਸਾਨੂੰ ਕੋਈ ਇੱਥੇ ਮਤਲਬ ਕਿ ਪ੍ਰੋਪਰ ਤਰੀਕੇ ਨਾਲ ਕੁਝ ਮਿਲ ਰਿਹਾ ਹੈ ਅਸੀਂ ਇੱਤਾਂ ਹੀ ਬਸ ਬੈਠੇ ਆ ਮਤਲਬ ਕਿ ਸਾਨੂੰ ਕੁਝ ਅੱਛਾ ਨਹੀਂ ਲੱਗਦਾ ਸਕੂਲ ਦੇ ਵਿੱਚ ਆ ਕੇ ਬਟ ਮੈਂ ਫਿਰ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਸਕੂਲ ਦੇਖਣਾ ਕਿੱਦਾਂ ਦਾ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਕੁਝ ਵੀ ਕਰਕੇ ਦਿਖਾਓ ਕੁਝ ਵੀ ਇਦਾਂ ਹੀ ਤੌਰਾਂ ਨੇ ਮੈਨੂੰ ਡਰਾਇੰਗਸ ਬਣਾ ਕੇ ਦਿਖਾਈਆਂ ਕਿ ਅਸੀਂ ਆਪਣਾ ਸਕੂਲ ਇਦਾਂ ਹਰਿਆ ਭਰਿਆ ਮਤਲਬ ਕਿ ਜਿਹਦੇ ਵਿੱਚ ਸਭ ਕੁਝ ਚੰਗੀ ਤਰ੍ਹਾਂ ਪ੍ਰੋਪਰ ਦੇ ਕੇ ਨਾ ਮੈਂਟੇਨ ਹੋਵੇ ਤਾਂ ਇਦਾਂ ਦਾ ਚਾਰ ਬੱਚਿਆਂ ਨੇ ਨਾ ਬੜਾ ਹੀ ਮਤਲਬ ਕਿ ਗੱत्ता ਲਿਆ ਤੇ ਗੱਤੇ ਦਾ ਇੱਕ ਮੰਦਿਰ ਦੀ ਤਰ੍ਹਾਂ ਸਕੂਲ ਬਣਾ ਕੇ ਮੈਨੂੰ ਦਿਖਾਇਆ ਤੇ ਤੁਸੀਂ ਦੇਖ ਸਕਦੇ ਪਿਕਚਰ ਦੇ ਵਿੱਚ ਵੀ ਬਟ ਉਹਨਾਂ ਨੇ ਜਿੱਦਾਂ ਦੇ ਐਫਰਟਸ ਲਗਾਏ ਉਹਨਾਂ ਨੇ ਬੜਾ ਅੱਛੇ ਤਰੀਕੇ ਨਾਲ ਬਣਾਇਆ ਸੀ ਤੇ ਮੈਨੂੰ ਇਹ ਮੂਵਮੈਂਟ ਭੁੱਲਦਾ ਨਹੀਂ ਹੈਗਾ ਤਾਂ ਕੁਝ ਏਦਾਂ ਦਾ ਬੱਚਿਆਂ ਨੇ ਮੈਨੂੰ ਕਰਕੇ ਦਿਖਾਇਆ ਜਿਸ ਤੇ ਨਾ ਮੈਨੂੰ ਵੀ ਮੋਟੀਵੇਸ਼ਨ ਮਿਲੀ ਕਿ ਮੈਂ ਬੱਚਿਆਂ ਸੋ ਮੇਰਾ ਪਹਿਲਾ ਸਟੈਪ ਰਿਹਾ ਸੀਗਾ ਕਿ ਕਿਉਂਕਿ ਮੈਂ ਵਿਸ਼ਵਾਸ ਮਤਲਬ ਕਿ ਮੇਰਾ ਵੀ ਇਹ ਸੀਗਾ ਕਿ ਆਪਾਂ ਅਗਰ ਇਕੱਠੇ ਆਵਾਂਗੇ ਤਾਂ ਹੀ ਕੁਝ ਪੋਸੀਬਲ ਹੋ ਪਾਊਗਾ ਤੇ ਉਹ ਆਪਣੀ ਸ਼ਕਤੀਬਾਨ ਪਾਊਗੀ ਪਾਵਰਫੁਲ ਹੋ ਪਾਵਾਂਗੇ ਤਾਂ ਫਰਸਟ ਐਸਐਮਸੀ ਮੀਟਿੰਗ ਬੁਲਾਈ ਜਿਹਦੇ ਵਿੱਚ ਉਹਨਾਂ ਨੂੰ ਸਿਰਫ ਅਵੇਅਰਨੈਸ ਬਾਰੇ ਮਤਲਬ ਕਿ ਐਸਐਮਸੀ ਹੁੰਦੀ ਕੀ ਹੈ ਉਹਦੇ ਬਾਰੇ ਦੱਸਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਅਸੀਂ ਐਸਐਮਸੀ ਮੈਂਬਰ ਵੀ ਹੈਗੇ ਹਾਂ ਸਕੂਲ ਦੇ ਤਾਂ ਉਹਨਾਂ ਦੇ ਰੋਲ ਐਂਡ ਰਿਸਪੌਂਸਿਬਿਲਟੀ ਬਾਰੇ ਦੱਸਿਆ ਪਰ ਉਹਨਾਂ ਵੱਲੋਂ ਇਹ ਚੀਜ਼ਾਂ ਸਾਰੀਆਂ ਨਗਹਿਰੀ ਕੀਤੀ ਗਈ ਉਹਨਾਂ ਵੱਲੋਂ ਕੁਝ ਨਹੀਂ ਮਿਲਿਆ ਕਿ ਅ ਇਦਾਂ ਦੀ ਕੋਈ ਅੰਡਰਸਟੈਂਡਿੰਗ ਨਹੀਂ ਸੀਗੀ ਕਿ ਅਸੀਂ ਕੁਝ ਕਰ ਸਕਦੇ ਆ ਜਾਂ ਫਿਰ ਅਸੀਂ ਕੁਝ ਕਰਾਂਗੇ ਬਸ ਉਹਨਾਂ ਨੂੰ ਇਹਸ ਮਤਲਬ ਸੀਗਾ ਕਿ ਸਾਡੇ ਬੱਚੇ ਇੱਥੇ ਆ ਰਹੇ ਆ ਬਸ ਹੋਰ ਉਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਤਾਂ ਦੂਸਰਾ ਸਟੈਪ ਚੱਕਿਆ ਗਿਆ ਕਿ ਮੱਚਿਆਂ ਵੱਲੋਂ ਨਾ ਇੱਕ ਰੈਲੀ ਕੀਤੀ ਗਈ ਸੀ ਜਿਹਦੇ ਵਿੱਚ ਮੇਰੇ ਸਕੂਲ ਟੀਚਰ ਮਿੱਡੇ ਮਿਲ ਅੰਟੀ ਜਿਹੜੇ ਸੀਗੇ ਤੇ ਜਿਹੜੇ ਸਾਡੇ ਆਂਗਣਵਾੜੀ ਵਰਕਰ ਕਿਉਂਕਿ ਆਂਗਣਵਾੜੀ ਵੀ ਸਕੂਲ ਦੇ ਵਿੱਚ ਸੀਗੀ ਤਾਂ ਉਹਨਾਂ ਵੱਲੋਂ ਬੱਚਿਆਂ ਨਾਲ ਰਲ ਕੇ ਇੱਕ ਰੈਲੀ ਕੱਢੀ ਗਈ ਜਿਹਦੇ ਵਿੱਚ ਸਵੱਛਤਾ ਤੇ ਜਿਹੜੇ 슬ੋਗਨ ਬੋਲੇ ਗਏ ਸੀ ਤੇ ਸਕੂਲ ਜਿਹੜਾ ਸਕੂਲ ਹੈ ਪਿੰਡ ਦਾ ਮਾਣਕ ਹੈ ਕਿ ਬੱਚਿਆਂ ਦੁਆਰਾ ਨੈਕਸਟ ਨੈਕਸਟ ਕਰ ਦੋ ਵੀਰ ਸੋ ਇਹ ਮੇਰਾ ਡੜਿਆਣਾ ਸਕੂਲ ਹੈ ਜਿਹਦੇ ਵਿੱਚ 22 ਸਟੂਡੈਂਟਸ ਨੇ ਇੱਕ ਮਿੱਡੇ ਮੀਲ ਵਰਕਰ ਨੇ ਤੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਸਕੂਲ ਹੈ ਜਿਹੜਾ ਉਹ ਇੱਕ ਜੰਗਲ ਦੀ ਤਰ੍ਹਾਂ ਦਿਖਾਈ ਰਿਹਾ ਜਿਹਦੇ ਵਿੱਚ ਬੱਚਿਆਂ ਦੀ ਮਾਨਸਿਕਤਾ ਵੀ ਇਹੀ ਸੀਗੀ ਕਿ ਦੀਦੀ ਸਾਡਾ ਸਕੂਲ ਇੱਕ ਜੰਗਲ ਦੀ ਤਰ੍ਹਾਂ ਦਿਖਦਾ ਜਿਹਦੇ ਵਿੱਚ ਸਾਡਾ ਆਨੁਦਲੀ ਨਹੀਂ ਕਰਦਾ ਫਰਸਟ ਚੈਲੰਜ ਇਹ ਸੀਗਾ ਕਿ ਦੂਜਾ ਸੀਗਾ ਕਿ ਬੱਚਿਆਂ ਨੂੰ ਜਿਹੜਾ ਪਾਣੀ ਆ ਪੀਣ ਵਾਲਾ ਪਾਣੀ ਆ ਉਹ ਇੰਨਾ ਕੋ ਗੰਦਾ ਸੀਗਾ ਕਿ ਜਦੋਂ ਮੈਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਸਕੂਲ ਦੇ ਟੀਚਰ ਨਾਲ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਦੋ ਬੱਚੇ ਮੌਤ ਦੇ ਮੂੰਹ ਚੋਂ ਬਾਹਰ ਆਏ ਨੇ ਉਹ ਪਾਣੀ ਪੀਣ ਦੇ ਨਾਲ ਤੇ ਜਿਹਦੇ ਨਾਲ ਮੈਂ ਪਰ ਮਿਲ ਕੇ ਮੈਂ ਖੁਦ ਵੀ ਇੰਨਾ ਜ਼ਿਆਦਾ ਐ ਇਦਾਂ ਫੀਲ ਕੀਤਾ ਵੀ ਯਾਰ ਪਿੰਡ ਦੇ ਲੋਕ ਕਿਉਂ ਇਦਾਂ ਮਿਲ ਕੇ ਆਪਣੇ ਬੱਚਿਆਂ ਨੂੰ ਇਦਾਂ ਭੇਜ ਰਹੇ ਆ ਤੇ ਕਿਉਂ ਨਹੀਂ ਤੁਸੀਂ ਐਫਰਟਸ ਕਰ ਰਹੇ ਹੈਗੇ ਤਾਂ ਤੁਸੀਂ ਦੇਖ ਸਕਦੇ ਹੋ ਬੱਚੇ ਟੂਟੀ ਦਾ ਪਾਣੀ ਪੀ ਰਹੇ ਆ ਜਿਹੜਾ ਕਿ ਜੰਗ ਲੱਗਿਆ ਬਿਲਕੁਲ ਖਰਾਬ ਪਾਣੀ ਸੀ ਮੈਂ ਖੁਦ ਪੀ ਕੇ ਦੇਖਿਆ ਉਹ ਪਾਣੀ ਤਾਂ ਮੈਂ ਉਹ ਪਾਣੀ ਪੀਣ ਤੋਂ ਬਾਅਦ ਐਕਸਟਰੀ ਮੈਨੂੰ ਵੀ ਖੁਦ ਵੀ ਐਦਾਂ ਹੋਇਆ ਕੀ ਬੱਚੇ ਪਾਣੀ ਕਿਵੇਂ ਪੀ ਰਹੇ ਨਹੀਂ ਤਾਂ ਉਸ ਵਾਰ ਟੀਚਰ ਨੇ ਮੈਨੂੰ ਆਪਣੇ ਚੈਲੰਜ ਦੱਸੇ ਕਿ ਜਦੋਂ ਮੈਂ ਸਕੂਲ ਦੇ ਵਿਚਾਨਾ ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਹੈ ਕਿ ਮੈਂ ਬੱਚਿਆਂ ਦੇ ਲਈ ਬਾਹਰ ਜਾ ਕੇ ਪਾਣੀ ਦੀ ਭਾਲ ਕਰਾਂ ਤਾਂ ਕਿ ਬੱਚੇ ਪਾਣੀ ਨਾ ਪੀਣਾ ਪਵੇ ਤਾਂ ਟੀਚਰ ਨੂੰ ਪੜਾਈ ਤੋਂ ਪਹਿਲਾਂ ਪਹਿਲਾਂ ਇਹ ਦੇਖਣਾ ਪੈਂਦਾ ਸੀ ਕਿ ਮੈਂ ਬਾਹਰ ਜਾਵਾਂ ਤੇ ਪਾਣੀ ਆਲੇ ਦੁਆਲੇ ਮੰਗਾ ਤੇ ਜਿੱਥੇ ਪਰ ਪਿੰਡ ਦੇ ਲੋਕ ਕੀ ਕਰਦੇ ਸੀ ਉਹਨਾਂ ਨੂੰ ਪਾਣੀ ਦੇਣ ਤੋਂ ਵੀ ਮਨਾ ਕਰ ਦਿੰਦੇ ਸੀ ਕਿ ਸਾਡੀ ਮੋਟਰ ਚੱਲੂਗੀ ਜਿਸ ਦਿਨ ਸਾਡਾ ਬਿੱਲ ਵੀ ਜ਼ਿਆਦਾ ਆਊਗਾ ਤਾਂ ਕੁਝ ਇਦਾਂ ਦੀ ਥਿੰਕਿੰਗ ਵੀ ਬਣੀ ਹੋਈ ਸੀ ਲੋਕਾਂ ਦੀ ਮਤਲਬ ਕਿ ਇਸ ਤੋਂ ਇਲਾਵਾ ਵੀ ਹੋਰ ਕਈ ਚੈਲੰਜ ਸੀਗੇ ਸਕੂਲ ਜਿਹੜੇ ਕਿ ਛੋਟੇ ਛੋਟੇ ਬੰਦੇ ਬੰਦੇ ਵੱਡੇ ਇਸ਼ੂ ਬਣ ਗਏ ਸੀਗੇ ਸੋ ਜਿਹਦੇ ਲਈ ਮੈਂ ਪਹਿਲਾਂ ਆਪਣਾ ਸਟੈਪ ਚੱਕਿਆ ਸੋ ਮੈਂ ਪਹਿਲਾਂ ਪਿੰਡ ਦੇ ਲੋਕਾਂ ਨਾਲ ਜਾ ਕੇ ਗੱਲ ਕੀਤੀ ਆਪਣੇ ਐਸ ਐਮ ਸੀ ਮੈਂਬਰਸ ਨਾਲ ਗੱਲ ਕੀਤੀ ਸਰਪੰਚ ਨਾਲ ਗੱਲ ਕੀਤੀ ਪਰ ਮੈਨੂੰ ਕੋਈ ਇਦਾਂ ਦਾ ਮੈਨੂੰ ਰਾਹ ਨਹੀਂ ਮਿਲਿਆ ਹੈਗਾ ਉਹਨਾਂ ਵੱਲੋਂ ਕੁਛ ਇਦਾਂ ਨਹੀਂ ਮੈਨੂੰ ਦੱਸਿਆ ਨਹੀਂ ਗਿਆ ਕਿ ਉਹ ਕੀ ਕਰਨਗੇ ਜਾਂ ਮੇਰਾ ਕੀ ਸਾਥ ਦੇਣਗੇ ਮਿਲ ਕੇ ਮੈਨੂੰ ਨਿਰਾਸ਼ਾ ਹੀ ਮਿਲੀ ਉੱਥੋਂ ਤੇ ਉਸ ਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਦੱਸਿਆ ਆਪਣੀ ਐਸ ਐਮ ਸੀ ਮੀਟਿੰਗ ਕਰਵਾਈ ਤਾਂ ਉਸ ਤੋਂ ਬਾਅਦ ਵੀ ਮੇਰਾ ਕੋਈ ਸਾਥ ਨਹੀਂ ਦਿੱਤਾ ਗਿਆ ਹੈਗਾ ਉਹਨਾਂ ਵੱਲੋਂ ਉਹਨਾਂ ਵੱਲੋਂ ਕੋਈ ਐਫਰਟਸ ਨਹੀਂ ਕੀਤੇ ਗਏ ਉਹਨਾਂ ਨੂੰ ਇਸ ਜਿੱਦਾਂ ਚੱਲਦਾ ਚੱਲਣ ਦੋ ਮੈਨੂੰ ਮਤਲਬ ਕਿ ਇਦਾਂ ਦਾ ਕੁਝ ਸੁਣਨ ਨੂੰ ਮਿਲਿਆ ਜਦੋਂ ਮੈਂ ਆਪਣੀ ਸੈਕਿੰਡ ਐਸਐਮਸੀ ਸਕੂਲ ਮੈਨੇਜਮੈਂਟ ਕਮੇਟੀ ਜਿਹੜੀ ਆ ਬੁਲਾਈ ਤਾਂ ਉਹਦੇ ਵਿੱਚ ਵੀ ਉਹਨਾਂ ਵੱਲੋਂ ਕੋਈ ਜ਼ਿਆਦਾ ਐਫਰਟਸ ਨਹੀਂ ਲਗਾਏ ਬਸ ਹਾਂਜੀ ਹਾਂਜੀ ਕਰਾਂਗੇ ਮਤਲਬ ਕਿ ਇਦਾਂ ਦਾ ਕੁਝ ਮੈਨੂੰ ਸੁਣਨ ਨੂੰ ਮਿਲਿਆ ਉਹਨਾਂ ਕਰੋ ਬਟ ਜਦੋਂ ਇਦਾਂ ਦੀਆਂ ਗੱਲਾਂ ਹੋਈਆਂ ਕੰਟੀਨਿਊ ਮੇਰੇ ਨਾਲ ਇਦਾਂ ਹੀ ਚੱਲੀ ਗਿਆ ਤਾਂ ਮੈਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਗਈ ਕਿਉਂਕਿ ਟੀਚਰ ਵੱਲੋਂ ਵੀ ਮੈਨੂੰ ਕਹਿ ਦਿੱਤਾ ਗਿਆ ਸੀਗਾ ਕਿ ਸ਼ੀਖਾ ਜਦੋਂ ਅ ਮਤਲਬ ਕਿ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਇਹ 1955 ਚ ਸਕੂਲ ਬਣਿਆ ਸੀ ਤੇ 1955 ਤੋਂ ਹੀ ਕੰਟੀਨਿਊ ਜਿਹੜੀ ਇਹ ਪ੍ਰੋਬਲਮ ਚੱਲਦੀ ਆ ਰਹੀ ਸੀ ਜਦੋਂ ਮੈਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਉਦੋਂ ਤਾਂ ਉਦੋਂ ਤੱਕ ਤਾਂ ਹੁਣ ਤੱਕ ਕੁਝ ਹੋਇਆ ਨਹੀਂ ਤੇ ਹੁਣ ਤੋਂ ਕੁੜੀਆਂ ਕੀ ਕਰ ਲੈਣਗੀਆਂ ਤਾਂ ਮਤਲਬ ਕਿ ਮੈਨੂੰ ਇਦਾਂ ਦੇ ਵਰਡਸ ਹਨਾ ਇਦਾਂ ਦੇ ਸੁਣਨ ਨੂੰ ਮਿਲੇ ਤੇ ਜਿੱਦ ਨੇ ਮੈਂ ਡੀਮੋਟੀਵੇਟ ਹੋ ਗਈ ਕਿ ਸ਼ਿਖਰ ਰਹਿਣ ਦੇ ਪਿੱਛੇ हट ਜਾ ਤੂੰ ਹੈ ਨਹੀਂਗੀ ਤਾਂ ਇਦਾਂ ਦਾ ਕੁਝ ਮੈਨੂੰ ਫੀਲ ਹੋਇਆ ਮੈਂ ਬਹੁਤ ਜ਼ਿਆਦਾ ਮੈਨੂੰ ਮੈਨੂੰ ਇਹ ਵੀ ਹੋਣ ਲੱਗਿਆ ਸੀ ਕਿ ਮੈਂ ਰਾ ਕਿਉਂ ਸੁਣਿਆ ਮੈਂ ਇੱਧ ਤਾ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਦੁਬਾਰਾ ਤਾਂ ਜਦੋਂ ਬੱਚਿਆ ਨਾ ਮਿਲਦੀ ਰਹੀ ਟੀਚਰ ਨੂੰ ਮਿਲਦੀ ਰਹੀ ਤਾਂ ਮੈਂ ਆਪਣਾ ਪ੍ਰੋਸੈਸ ਅੱਗੇ ਜਾਰੀ ਰੱਖਿਆ ਤੇ ਮੈਂ 3rd ਜਿਹੜੀ ਮੇਰੀ ਐਸਐਮਸੀ ਮੀਟਿੰਗ ਸੀ ਔਰ ਕਰਵਾਈ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਉਹਨਾਂ ਵੱਲੋਂ ਹੀ ਮੈਨੂੰ ਪਤਾ ਲੱਗਿਆ ਕਿ ਉਹ ਜਿਹੜੀ ਮੇਰੀ ਪਹਿਲੀ ਸਕੂਲ ਮੈਨੇਜਮੈਂਟ ਕਮੇਟੀ ਹੋਈ ਸੀ ਤਾਂ ਉਹਦੇ ਵਿੱਚ ਕੁਝ ਲੋਕ ਅਵੇਅਰ ਹੋਏ ਸੀ ਜਿਹਦੇ ਨਾਲ ਉਹਨਾਂ ਨੇ ਐਮਐਲਏ ਸਰ ਜਦੋਂ ਵਿਜ਼ਿਟ ਕੀਤੀ ਐ ਐਮਐਲਏ ਸਰ ਨੇ ਡੜਿਆਣਾ ਸਕੂਲ ਦੇ ਵਿੱਚ ਵਿਜ਼ਿਟ ਕੀਤੀ ਸੀ ਸੌਰੀ ਪਿੰਡ ਦੇ ਵਿੱਚ ਵਿਜ਼ਿਟ ਕੀਤੀ ਸੀ ਤਾਂ ਸਕੂਲ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਲੈ ਕੇ ਗਏ ਕਿ ਸਾਡੇ ਪਿੰਡ ਦੇ ਸਕੂਲ ਵਿੱਚ ਤੁਸੀਂ ਚਲੋ ਤੇ ਉਹਨਾਂ ਨੂੰ ਦੇਖੋ ਤਾਂ ਜਦੋਂ ਮੈਨੂੰ ਇਹ ਖੁਸ਼ੀ ਮਿਲੀ ਮੈਨੂੰ ਸੁਣ ਕੇ ਵੀ ਮੇਰੇ ਸਕੂਲ ਮੈਨੇਜਮੈਂਟ ਕਮਟੀ ਹੈ ਜਿਹੜੀ ਉਹਨਾਂ ਨੇ ਇਹ ਐਫਰਟਸ ਕੀਤੇ ਨੇ ਤੇ ਜਿਹੜੇ ਐਮਐਲਏ ਸਰ ਨੇ ਉਹਨਾਂ ਨੂੰ ਸਕੂਲ ਵਿੱਚ ਲੈ ਕੇ ਆਏ ਨੇ ਤੇ ਤੇ ਐਮਐਲਏ ਸਰ ਦੁਆਰਾ ਫਿਰ سرپੰਚ ਨੂੰ ਕਿਹਾ ਗਿਆ ਬੁਲਾ ਕੇ ਕਿ ਤੁਸੀਂ ਸਕੂਲ ਦੇ ਜਿਹੜਾ ਆਪਣਾ ਪਿੰਡ ਦਾ ਸਕੂਲ ਆ ਉਹਦੇ ਲਈ ਕਿਉਂ ਨਹੀਂ افર્ટਸ ਕਰ ਰਹੇ ਕੁਝ ਕਿਉਂ ਨਹੀਂ ਕਰ ਰਹੇ ਤਾਂ ਉਹਨਾਂ ਵੱਲੋਂ ਹਾਂਜੀ ਅਸੀਂ ਕਰਾਂਗੇ ਹਾਂਜੀ ਅਸੀਂ ਕਰਾਂਗੇ ਤਾਂ ਉਹਨਾਂ ਨੇ ਪਾਣੀ ਦਾ ایشو ਸੀਗਾ ਜਿਹੜਾ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਉਹਦੇ ਬਾਰੇ ਵੀ ਡਿਸਕਸ ਕੀਤਾ ਤਾਂ ਐਮਐਲਏ ਸਰ ਦੁਆਰਾ ਕਿਹਾ ਗਿਆ ਐਮਐਲਏ ਸਰ ਨੇ ਮਲਕੀ ਸਰਪੰਚ ਸਰ ਨੂੰ ਕਿਹਾ ਕਿ ਤੁਸੀਂ ਇੱਥੇ ਸਭ ਤੋਂ ਪਹਿਲਾਂ ਪਾਣੀ ਦੀ ਜਿਹੜੀ ਸਮੱਸਿਆ ਉਹਨੂੰ ਦੂਰ ਕਰੋ ਤਾਂ ਸਰਪੰਚ ਦੁਆਰਾ ਇਹਦੀ ਵੀ ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਅੰਤ ਸੁਣਿਆ ਤੇ ਦੂਜੇ ਤੋਂ ਕੱਢਣ ਵਾਲਾ ਕੰਮ ਕਰਤਾ ਇਹ ਵੀ ਤਾਂ ਉਸ ਤੋਂ ਬਾਅਦ ਦੁਬਾਰਾ ਤੋਂ ਫੇਰ ਦੁਬਾਰਾ ਤੋਂ ਫੇਰ ਨਵੇਂ ਐਫਰਟਸ ਲਗਾਏ ਗਏ ਪਿੰਡ ਦੇ ਲੋਕਾਂ ਨੂੰ ਦਾਰਬਾਰ ਮਿਲਿਆ ਗਿਆ ਜਾ ਜਾ ਕੇ ਤਾਂ ਮੇਰੀ ਜਿਹੜੀ 4th ਸਕੂਲ ਮੈਨੇਜਮੈਂਟ ਕਮੇਟੀ ਹੈ ਉਹ ਲੋਕਾਂ ਦੁਆਰਾ ਖੁਦ ਬਿਠਾਈ ਗਈ ਕਿ ਜਿਹਦੇ ਵਿੱਚ ਸਰਪੰਚ ਨੂੰ ਬੁਲਾਇਆ ਗਿਆ ਕਿ ਸਰਪੰਚ ਤੁਸੀਂ ਆਣਾ ਹੀ ਆਣਾ ਇਸ ਮੀਟਿੰਗ ਦੇ ਵਿੱਚ ਤੇ ਜਿ ਮਤਲਬ ਕਿ ਉਹਨਾਂ ਨੂੰ ਮਜਬੂਰ ਹੋ ਕੇ ਇੱਥੇ ਆਣਾ ਪਿਆ ਤੇਜੀ ਦੇ ਵਿੱਚ ਇਹ ਜਿਹੜੀ ਐਸਐਮਸੀ ਮੀਟਿੰਗ ਹੈ ਮੇਰੇ ਟੀਚਰ ਦੁਆਰਾ ਤੇ ਸਕੂਲ ਦੇ ਜਿਹੜੇ ਮਲਕੀ ਪੇਰੈਂਟਸ ਸੀਗੇ ਜਿਹੜੇ ਬੱਚਿਆਂ ਦੇ ਉਹਨਾਂ ਦੁਆਰਾ ਲੀਡ ਕੀਤਾ ਗਿਆ ਇਹਨੂੰ ਤੇ ਉਹਨਾਂ ਦੁਆਰਾ ਹੀ ਜਿਹੜੇ ਸਰਪੰਚ ਨਾਲ ਗੱਲ ਕੀਤੀ ਗਈ ਕਿ ਆਪਾਂ ਸਕੂਲ ਨੂੰ ਇੱਕ ਵਧੀਆ ਨੁਹਾਰ ਦੇਣ ਵੱਲ ਜਾਣਾ ਹੈ ਕਿਉਂਕਿ ਇੱਥੇ ਆਪਣੇ ਹੀ ਪਿੰਡ ਦੇ ਪਿੱਛੇ ਪੜ ਰਹੇ ਨੇ ਤਾਂ ਇਦਾਂ ਦਾ ਕੁਝ ਤੁਸੀਂ ਦੇਖ ਸਕਦੇ ਹੋ ਤਾਂ ਇਦਾਂ ਦਾ ਡਿਸਕਸ਼ਨ ਹੋਇਆ ਜਿਸ ਦੇ ਨਾਲ ਸਰਪੰਚ ਨੂੰ ਰਿਅਲਾਈਜ਼ ਹੋਇਆ ਕਿ ਮੈਨੂੰ ਸਕੂਲ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਤਾਂ ਉਹਨਾਂ ਨੇ ਇਨੀਸ਼ੀਏਟਿਵ ਲਿਆ ਉਹਨਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਐ ਸਮਰਸੀਬਲ ਜਿਹੜਾ ਬੋਰ ਹੈ ਕਰਵਾਇਆ ਸਮਰਸੀਵਨ ਲਈ ਤੇ ਮਤਲਬ ਕਿ ਉਹਨਾਂ ਨੇ ਉਹਨਾਂ ਨੂੰ ਇਹ ਜਿਹੀਆਂ ਕਾਫੀ ਗੱਲਾਂ ਕਹੀਆਂ ਗਈਆਂ ਕਿ ਆਪਣਾ ਪਿੰਡ ਹੈ ਆਪਣੇ ਬੱਚੇ ਨੇ ਇੱਥੇ ਪੜ੍ਹ ਰਹੇ ਕਿ ਅਗਰ ਇਹ ਗ੍ਰੋਥ ਕਰਨਗੇ ਤਾਂ ਆਪਣਾ ਪਿੰਡ ਗ੍ਰੋਥ ਕਰ ਪਾਊਗਾ ਤਾਂ ਇਹ ਮਤਲਬ ਕਿ ਉਹਨਾਂ ਨੇ ਇੱਕ ਹਫ਼ਤੇ ਦੇ ਅੰਦਰ ਬੋਰਬੈਲ ਦਾ ਕੰਮ ਸਟਾਰਟ ਕਰਵਾਇਆ ਤੇ ਉਹਨਾਂ ਨੇ ਇਸੀ ਇਨੀਸ਼ੀਏਟਿਵ ਲੈਂਦੇ ਲੈਂਦੇ ਪਹਿਲ ਕਦਮੀ ਪਹਿਲ ਕਦਮੀ ਕਰਦੇ ਕਰਦੇ ਉਹਨਾਂ ਨੇ 90000 ਦੇ ਜਿਹੜੇ ਕਰੀਬਾ ਸਕੂਲ ਦੇ ਉੱਪਰ ਇਨਵੈਸਟ ਕਰ ਦਿੱਤਾ ਤੇ ਉਹਨਾਂ ਦਾ ਇੱਕਦਮ ਇਦਾਂ ਦਾ ਮਾਈਂਡ ਸ਼ਿਫਟ ਹੋਇਆ ਕਿ ਮੈਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੇਰੀ ਰਿਸਪੌਂਸਿਬਿਲਟੀ ਬਣਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਇੱਕ ਹਫਤੇ ਦੇ ਵਿੱਚੇ ਕੰਮ ਸ਼ੁਰੂ ਕਰਵਾਇਆ ਸੋ ਨੈਕਸਟ ਸਟੈਪ ਨੈਕਸਟ ਵੀਰ ਜੀ ਤਾਂ ਉਹਨਾਂ ਨੇ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਕੰਮ ਬੋਰਬਲ ਹੋ ਗਿਆ ਤਾਂ ਉਸ ਤੋਂ ਬਾਅਦ ਇਹ ਜਿਹੜੀ ਕੰਮ ਹੈ ਇਦਾਂ ਹੀ ਬੰਦ ਹੋ ਗਿਆ ਸੀਗਾ ਕਿਉਂਕਿ ਸਰਪੰਚ ਸਾਹਿਬ ਸਰਪੰਚ ਜੀ ਮਤਲਬ ਕਿ ਉਹਨਾਂ ਨੂੰ ਕੋਈ ਕੰਮ ਸੀਗਾ ਜਿਹਦੇ ਕਰਕੇ ਉਹ ਬਾਹਰ ਚਲੇ ਗਏ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਸੀਗੇ ਉਹਨਾਂ ਨੇ ਇਦਾਂ ਹੀ ਕੰਮ ਛੱਡ ਤਾ ਕਿਉਂਕਿ ਵੀ ਜਦੋਂ ਸਰਪੰਚ ਸਾਹਿਬ ਅੱਗੇ ਕਹਿਣਗੇ ਅਸੀਂ ਤਾਂ ਕਰਾਂਗੇ ਬਟ ਜਦੋਂ ਸਰਪੰਚ ਸਰ ਨੂੰ ਇਹਦੇ ਬਾਰੇ ਪਤਾ ਲੱਗਿਆ ਕਿ ਉਹਨਾਂ ਨੇ ਕੰਮ ਇੱਦਾਂ ਹੀ ਛੱਡ ਤਾ ਜਿੱਤੇ ਕਰਕੇ ਜਿਹੜੀ ਬਿਜਲੀ ਦੀ ਤਾਰ ਆ ਉਹ ਇੱਦਾਂ ਹੀ ਸੀਗੀ ਕਿਉਂਕਿ ਉਹਦੇ ਨਾਲ ਟੀਚਰ ਨੂੰ ਵੀ ਡਰ ਸੀਗਾ ਕਿ ਜਿਹੜਾ ਕਰੰਟ ਵੀ ਲੱਗ ਸਕਦਾ ਬੱਚਿਆਂ ਨੂੰ ਅਗਰ ਅਸੀਂ ਚਲਾ ਰਹੇ ਹਾਂ ਬੱਚਿਆਂ ਨੇ ਕਦੀ ਇੱਦਾਂ ਹੀ ਸਵਿੱਚ ਜਾ ਕੇ ਔਨ ਕਰਤਾ ਤਾਂ ਕੁਝ ਵੀ ਹੋ ਸਕਦਾ ਹੈ ਤਾਂ ਉਹਨਾਂ ਨੇ ਮਤਲਬ ਕਿ ਫੋਨ ਉਹਨਾਂ ਨੂੰ ਜਦੋਂ ਇਹ ਨਿਊਜ਼ ਮਿਲੀ ਤਾਂ ਉਹਨਾਂ ਨੇ ਨਾਲ ਦੀ ਨਾਲ ਉਸ ਤੋਂ ਅਗਲੇ ਦਿਨ ਹੀ ਮਤਲਬ ਕਿ ਪੂਰਾ ਜਿਹੜੀ ਪਾਈਪ ਸੀ ਫਿਟਿੰਗ ਕਰਵਾਈ ਪਾਵਰ ਬਟਨਸ ਕਰਵਾਇਆ ਉਸ ਵਕਤ ਬੱਚਿਆਂ ਨੇ ਜੇ ਤੁਸੀਂ ਦੇਖ ਸਕਦੇ ਹੋ ਬੱਚੇ ਜਦੋਂ ਮੋਟਰ ਦਾ ਪਾਣੀ ਪੀਂਦੇ ਨੇ ਐਨੇ ਖੁਸ਼ ਹੁੰਦੇ ਨੇ ਮਤਲਬ ਕਿ ਉਹ ਖੁਸ਼ੀ ਦੇਖ ਕੇ ਮੈਨੂੰ ਖੁਦ ਨੂੰ ਇੰਨੀ ਮਤਲਬ ਕਿ ਹੋਰ ਜ਼ਿਆਦਾ ਹੁੰਦਾ ਕਿ ਇਹਨਾਂ ਬੱਚਿਆਂ ਲਈ ਅਗਰ ਆਪਾਂ ਇੰਨਾ ਕੁਝ ਕਰ पाए ਤਾਂ ਉਸ ਵਕਤ ਜਿਹੜੇ ਸਰਪੰਚ ਸਾਹਿਬ ਸੀ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਜਿਹੜੀ ਡੜਿਆਣੇ ਸਕੂਲ ਦੀ ਬਿਲਡਿੰਗ ਉਹ ਬਿਲਕੁਲ ਖਾਲੀ ਸੀਗੀ ਉੱਤੇ ਉੱਪਰ ਕੋਈ ਬਾਲਾ ਵਰਕ ਨਹੀਂ ਹੋਇਆ ਵਾਸੀ ਕੁਝ ਨਹੀਂ ਸੀਗਾ ਉੱਥੇ ਤਾਂ ਉਹਨਾਂ ਦੇ ਇਨੀਸ਼ੀਏਟਿਵ ਦੇ ਨਾਲ ਉਹਨਾਂ ਨੇ ਮਤਲਬ ਕਿ ਸਕੂਲ ਨੂੰ ਇੱਕ ਵਧੀਆ ਦਿਖਦੇਣ ਦੇ ਲਈ ਛੋਟਾ ਜਿਹਾ ਕੰਮ ਹੋਰ ਸ਼ੁਰੂ ਕੀਤਾ ਕਿ ਉਹਨਾਂ ਨੇ ਬਾਲਾ ਵਰ ਤਾਂ ਅਮਲ ਕੀ ਇੱਕ ਵਾਰ ਉਹਨਾਂ ਦੇ ਕੰਮ ਕਰਨ ਦੇ ਨਾਲ ਉਹਨਾਂ ਦੇ ਵਿੱਚ ਹੌਸਲਾ ਆਇਆ ਕਿ ਮੈਨੂੰ ਕਰਨਾ ਚਾਹੀਦਾ ਹੈ ਆ ਮੋਟੀਵੇਸ਼ਨ ਆਈ ਤਾਂ ਉਹਨਾਂ ਨੇ ਹੌਲੀ ਹੌਲੀ ਆਪਣੇ ਕੰਮ ਕਰਵਾਉਣੇ ਸ਼ੁਰੂ ਕੀਤੇ ਤਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਜਿਹੜਾ ਤੁਸੀਂ ਗਰਾਊਂਡ ਹੈ ਸਕੂਲ ਦਾ ਉਹ ਕਿਦਾਂ ਘਾਹ ਦੇ ਨਾਲ ਹਰਾ ਮਤਲਬ ਕਿ ਜੰਗਲ ਦੀ ਤਰ੍ਹਾਂ ਦਿਖਦਾ ਪਿਆ ਸੀ ਜਿਹਨੂੰ ਬੱਚੇ ਜੰਗਲ ਜੰਗਲ ਕਹਿੰਦੇ ਹੁੰਦੇ ਸੀ ਤਾਂ ਸਰਪੰਚ ਸਰ ਨੇ ਇਨੀਸ਼ੀਏਟਿਵ ਲਿਆ ਤੇ ਉਹ ਮਨਰੇਗਾ ਦੀ ਹੈਲਪ ਦੇ ਨਾਲ ਉਹਨਾਂ ਨੂੰ ਸਾਰਾ ਪੂਰਾ ਸਾਫ਼ ਕਰਵਾਇਆ ਤੇ ਤਾਂ ਕਿ ਜਿਹੜੀ ਪਾਣੀ ਦੀ ਨਿਕਾਸੀ ਆ ਉਹਨੂੰ ਪਧਰਾ ਕਰਕੇ ਸਾਫ਼ ਕੀਤਾ ਜਾਵੇ ਤੇ ਪਾਣੀ ਦੀ ਨਿਕਾਸੀ ਨੂੰ ਵੀ ਦੂਰ ਕੀਤਾ ਜਾਵੇ ਤੇ ਹੁਣ ਉਹਨਾਂ ਦਾ ਨੈਕਸਟ ਸਟੈਪ ਇਹੀ ਚੱਲਦਾ ਪਿਆ ਕਿ ਇਹਨੂੰ ਹੋਰ ਤਰੀਕਾ ਹੋਰ ਕਿਸੇ ਤਰੀਕੇ ਨਾਲ ਇੰਪਰੂਵ ਕੀਤਾ ਜਾਵੇ ਤਾਂ ਕਿ ਜਿਹੜਾ ਪਾਣੀ ਆ ਇੱਥੇ ਨਾ ਰੁਕੇ ਉਸ ਤੋਂ ਬਾਅਦ ਜਿਹੜਾ ਛੱਤਾਂ ਦੇ ਉੱਪਰ ਪਾਣੀ ਰੁਕਦਾ ਜਦੋਂ ਮੀਂਹ ਆ ਜਾਂਦਾ ਤਾਂ ਬੱਚਿਆਂ ਨੂੰ ਮਲਕੀ ਉਹ ਪਾਣੀ ਸਾਰਾ ਮਲਕੀ ਕਲਾਸਰੂਮ ਦੇ ਵਿੱਚ ਚੁੰਦਾ ਹੈ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਦੀ ਦਿੱਕਤ ਆ ਰਹੀ ਹੈ ਤਾਂ ਹੁਣ ਅਗਲਾ ਸਟੈਪ ਇਹ ਹੈ ਕਿ ਉਹ ਇਸ ਇਹਨੂੰ ਮਲਕੀ ਦੀ ਮੁਰੰਮਤ ਦੇ ਵਿੱਚ ਝੁਟੇ ਹੋਏ ਨੇ ਕਿ ਇਹਨਾਂ ਨੂੰ ਮੁਰੰਮਤ ਕਰਵਾਉਣਾ ਹੈ ਰੂਮਸ ਨੂੰ ਸੋ ਇਹ ਮੇਰੀ ਛੋਟੀ ਜਿਹੀ ਸਟੋਰੀ ਸੀਗੀ ਬਦਲਾ ਦੀ ਮੈਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਸ਼ਿਖਾ ਤੇ ਜਿਸ ਤਰ੍ਹਾਂ ਆਪਾਂ ਸ਼ਿਖਾ ਨੂੰ ਸੁਣਿਆ ਕਿ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸ਼ਿਖਾ ਤੁਸੀਂ ਇੰਨੇ ਹਾਰਟਫੈਲਟ ਜਿਹੜੀ ਤੁਸੀਂ ਆਪਣੇ ਦਿਲ ਦੀਆਂ ਫੀਲਿੰਗਸ ਆਗੇ ਆਬੀ ਸਾਂਝੀ ਕੀਤੀਆਂ ਤੇ ਆ ਇੱਥੇ ਇੱਕ ਚੀਜ਼ ਧਿਆਨ ਦੇਣ ਯੋਗ ਹੈ ਕਿ ਸਭ ਤੋਂ ਪਹਿਲਾਂ ਆਪਾਂ ਸੁਣਿਆ ਸੀ ਸਰਪੰਚ ਸਰ ਨੂੰ ਤੇ ਸਰਪੰਚ ਸਰ ਨੇ ਆਪਣੇ ਲੈਵਲ ਦੇ ਉੱਤੇ ਜੋ-ਜੋ ਇਨੀਸ਼ੀਏਟ ਲਏ ਸੀਗੇ ਉਹਨਾਂ ਬਾਰੇ ਜ਼ਿਕਰ ਕੀਤਾ ਸੀ ਤੇ ਉਸ ਤੋਂ ਬਾਅਦ ਆਪਾਂ ਇੱਕ ਸਕੂਲ ਮੈਨੇਜਮੈਂਟ ਕਮੇਟੀ ਜਾਨੀ ਕਿ ਸਕੂਲ ਪ੍ਰਬੰਧਕ ਕਮੇਟੀ ਦੇ ਕੰਮ ਕਿਸ ਤਰ੍ਹਾਂ ਦੇ ਦੇਖਦੇ ਹੈਗੇ ਆ ਤੇ ਜਦੋਂ ਉਹ ਇਕੱਠੀ ਹੁੰਦੀ ਹੈ ਤਾਂ ਉਹ ਕਿਸ ਲੈਵਲ ਤੱਕ ਇਕੱਠੇ ਹੋ ਕੇ ਕੰਮ ਕਰ ਸਕਦੇ ਨੇ ਆਪਾਂ ਉਹ ਇੱਕ ਪੂਰੀ ਸਟੋਰੀ ਦਾ ਇੱਥੇ ਬਾਕੂਬੀ ਦੇਖਿਆ ਹੈਗਾ ਤੇ ਹੁਣ ਆਪਾਂ ਅੱਗੇ ਵਧਦੇ ਹਾਂ ਤੇ ਇਹਨਾਂ ਜਿਹੜੀਆਂ ਚੀਜ਼ਾਂ ਨੇ ਕਿਤਨੇ ਕਿਤੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਵੇ ਦੇ ਨਾਲ ਬੱਚੇ ਦੇ ਉੱਤੇ ਕਿਦਾਂ ਪ੍ਰਭਾਵ ਪਾਉਂਦੀਆਂ ਨੇ ਉਹ ਆਪਾਂ ਇੱਥੇ ਸਾਹਮਣੇ ਆਪਣੇ ਪ੍ਰਤੱਖ ਰੂਪ ਦੇ ਵਿੱਚ ਸਟੋਰੀ ਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਤੇ ਅਗਰ ਇਹਨਾਂ ਚੀਜ਼ਾਂ ਤੋਂ ਲਰਨਿੰਗ ਦੀ ਗੱਲ ਕਰੀਏ ਤਾਂ ਸਾਂਝੀ ਸਿੱਖਿਆ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੀਆਂ ਲਰਨਿੰਗ ਰਹੀਆਂ ਨੇ ਇਹਨਾਂ ਚੀਜ਼ਾਂ ਤੋਂ ਲੈ ਕੇ ਕਿ ਅ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਲੋਕ ਇਕੱਠੇ ਹੋ ਕੇ ਕਿੰਨੇ ਵੱਡੇ ਵੱਡੇ ਫੈਸਲੇ ਲੈ ਜਾਂਦੇ ਨੇ ਪਰ ਗੱਲ ਕੀ ਹੁੰਦੀ ਹੈ ਕਿ ਇਕੱਠੇ ਹੋਣ ਨੂੰ ਹੀ ਟਾਈਮ ਲੱਗ ਜਾਂਦਾ ਹੈ ਤਾਂ ਇੱਕ ਜਿਹੜਾ ਮਾਈਂਡ ਸ਼ਿਫਟ ਹੈ ਕਿ ਸ਼ਾਇਦ ਜਿਹੜੇ ਪੇਰੈਂਟਸ ਨੇ ਉਹ ਅਨਐਜੂਕੇਟਿਡ ਨੇ ਉਹਨਾਂ ਦੇ ਉਹ ਨਹੀਂ ਉਸ ਲੈਵਲ ਤੱਕ ਸੋਚ ਸਕਦੇ ਸਕੂਲ ਪ੍ਰਤੀ ਤਾਂ ਉਹਨਾਂ ਚੀਜ਼ਾਂ ਨੂੰ ਵੀ ਅਸੀਂ ਓਵਰਕਮ ਕਰ ਪਾਏ ਆਂ ਔਰ ਉਹ ਚੀਜ਼ ਤੁਸੀਂ ਇੱਥੇ ਬਕੂਬੀ ਜਿਹੜੀ ਹੈਗੀ ਹੈ ਸਟੋਰੀ ਦੇ ਵਿੱਚ ਵੀ ਤੁਸੀਂ ਦੇਖ ਪਾਏ ਹੋ ਤਾਂ ਇੱਕ ਜਿਹੜਾ ਗੈਪ ਸੀਗਾ ਮੇਜਰ ਗੈਪ ਜਿਹੜਾ ਕਿ ਸਕੂਲ ਤੇ ਪੰਚਾਇਤ ਜਾਂ ਫਿਰ ਪਿੰਡ ਦੇ ਲੋਕਾਂ ਦਾ ਜਾਂ ਮਾਪਿਆਂ ਦਾ ਤਾਂ ਉਹ ਇੱਥੇ ਇੱਕ ਘਟ ਹੁੰਦਾ ਹੋਇਆ ਨਜ਼ਰ ਆਪਾਂ ਨੂੰ ਬਕੂਬੀ ਦੇਖਣ ਨੂੰ ਮਿਲਿਆ ਹੈਗਾ ਤਾਂ ਇੱਕ ਜੇ ਗੱਲ ਕਰੀਏ ਬੱਚਿਆਂ ਨਾਲ ਜਿਸ ਤਰ੍ਹਾਂ ਸ਼ਿਖਰ ਨੇ ਜ਼ਿਕਰ ਕੀਤਾ ਸੀ ਕਿ ਬੱਚਿਆਂ ਨੂੰ ਤਾਂ ਜਿਹੜਾ ਉਹ ਘਾ ਹੀ ਨਜ਼ਰ ਆਂਦਾ ਸੀ ਕਿ ਅਥਰਾ ਜੰਗਲ ਬਣਿਆ ਪਿਆ ਤਾਂ ਉਹ ਜਿਹੜਾ ਮਾਈਂਡ ਹੈ ਮਾਈਂਡ ਬੱਚਿਆਂ ਦੇ ਵਿੱਚ ਵੀ ਉਹ ਸ਼ਿਫਟ ਹੋਇਆ ਕਿ ਹਾਂ ਐਕਚੁਅਲ ਦੇ ਵਿੱਚ ਸਕੂਲ ਕਿੱਦਾਂ ਦਾ ਦਿਖ ਸਕਦਾ ਹੈ ਤੇ ਹਾਂ ਬੱਚੇ ਉਸ ਨੂੰ ਕਿੱਦਾਂ ਇਨਕਰੇਜ ਕਰ ਸਕਦੇ ਆ ਮਾਪਿਆਂ ਤੱਕ ਲੈ ਕੇ ਜਾ ਸਕਦੇ ਆ ਜਾਂ ਆਪਣੇ ਟੀਚਰਸ ਨੂੰ ਵੀ ਕਿੱਦਾਂ ਉਹ ਖੁੱਲ ਕੇ ਆਪਣੇ ਦਿਲ ਦੀ ਗੱਲ ਦੱਸ ਸਕਦੇ ਆ ਕਿਉਂਕਿ ਕਦੇ ਬੱਚਿਆਂ ਨੂੰ ਵੀ ਉਹ ਉਹ ਜਿਹੇ এনवायरमेंट ਨੀ ਮਿਲਿਆ ਹੁੰਦਾ ਕਿ ਉਹ ਆਪਣੇ ਦਿਲ ਦੀ ਗੱਲ ਖੁੱਲ ਕੇ ਕਰ ਪਾਉਣ ਤੇ ਅਸੀਂ ਉਹਨਾਂ ਸਮੂਥ এনवायरमेंट ਬਣਾਉਣ ਲਈ ਕੋਸ਼ਿਸ਼ ਕਰਨ ਲੱਗੇ ਹੋਏ ਹਾਂ ਤੇ ਅ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਇਹਨਾਂ ਸਾਰੇ ਕੰਮਾਂ ਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਸਪੋਰਟ ਤੁਸੀਂ ਕਿੱਦਾਂ ਕਰ ਸਕਦੇ ਹੋ ਤਾਂ ਉਹਦੇ ਲਈ ਤੁਸੀਂ ਸਾਨੂੰ ਅ दस सद किस भी तरीके सपोर्ट कर सकते हो इजाजत लगता और आ, सब को, आ, सुन के अच्छा लगा होगा लाइक आई होप एवरी वन लर्न टूलो समथिंग कि किस तरह से साझी सिख्या की कहानी शुरू हुई थी फतेहगढ़ साहेब में कैसे हमने देखा के पंजाब की एक जो यूनिक चीज है कि हर हर पंचायत के कोई स्कूल असाइंड है तो इसलिए गवर्नेंस पाथ को बनाना कितना आसान हो गया और उसकी वैल्यू उतनी ही बढ़ गई और जैसा कि आपने सुना गुरुदीप जी से और शिखा से कि किस तरह ऑन ग्राउंड काम होता है किस तरह से हम कम्युनिटी को एंगेज कर पाते हैं स्कूल के डेवलपमेंट के लिए तो ये तो हमने सुनी गवर्नेंस पाथ की कहानी अभी तक कैसी रही अब हम अब आई टू इनवाइट मॉनिटरिंग है उनको मैं बुलाना कि कि वो बताएं अब हम इसको स्केल कैसे करना चाह रहे हैं किस तरह से हम नई तरीके से गवर्नेंस uh, पाथ uh, को देख रहे हैं क्या क्या टूल्स और टेक्नोलॉजी वो इस गवर्नेंस पाथ को एनहानस करने के लिए लेके आ रहे हैं सो आई हैंड ओवर टू हर्षिता फ्रॉम द मॉनिटरिंग एंड टीम थैंक यू रोहन ਸਤ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਜਿਵੇਂ ਕਿ ਗੁਰਜੰਤ ਜੀ ਨੇ ਦੱਸਿਆ ਕਿ ਆਪਾਂ ਕਿਵੇਂ ਗਵਰਨਰਨਸ ਗਵਰਨੈਂਸ ਪਾਦ ਦੇ ਵਿੱਚ ਕੀ ਕੀ ਕਰਦੇ ਹਾਂ ਤੇ ਕਿਵੇਂ ਸਾਰੀ ਐਕਟੀਵਿਟੀਜ਼ ਕਰਦੇ ਆ ਸ਼ੀਖਾ ਨੇ ਵੀ ਸ਼ੇਅਰ ਕੀਤਾ ਪਰ ਹੁਣ ਆਪਾਂ ਕੁਐਸਚਨ ਇਹ ਹੈ ਕਿ ਆਪਾਂ ਇਹਨੂੰ ਟਰੈਕ ਕਿਵੇਂ ਕਰੀਏ ਕਿ ਆਪਾਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ ਜਾਂ ਨਹੀਂ ਇਸ ਵਾਸਤੇ ਆਪਾਂ ਨੇ ਇੱਕ ਨਵਾਂ ਵਰਟੀਕਲ ਸਾਜੀ ਸਿੱਖਿਆ ਦੇ ਵਿੱਚ ਐਡ ਕੀਤਾ ਜੋ ਕਿ ਹੈ ਮੋਨਿਟਰਿੰਗ ਐਂਡ ਇਵੈਲੂਏਸ਼ਨ ਹੁਣ ਅ ਅੱਗੇ ਜਾਣ ਤੋਂ ਪਹਿਲਾਂ ਆਪਾਂ ਇਹ ਦੇਖ ਲਈਏ ਥੋੜਾ ਜਿਹਾ ਕਿ ਮੋਨਿਟਰਿੰਗ ਐਂਡ ਇਵੈਲੂਏਸ਼ਨ ਹੁੰਦਾ ਕੀ ਹੈ ਅ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੋਨਿਟਰਿੰਗ ਜੋ ਹੁੰਦਾ ਹੈ ਇਹ ਅਗਰ ਤੁਸੀਂ ਪਿਕਚਰ ਦੇਖ ਸਕਦੇ ਹੋ ਕਿ ਇਹ ਇੱਕ ਗਾਈਡ ਦੀ ਤਰ੍ਹਾਂ ਹੈਲਪ ਕਰਦਾ ਹੈ ਜਿਹੜਾ ਗਵਰਨੈਂਸ ਪਾਥ ਟੀਮ ਹੈਗੀ ਮੋਨਿਟਰਿੰਗ ਐਂਡ ਇਵੈਲੂਏਸ਼ਨ ਗਵਰਨੈਂਸ ਪਾਥ ਟੀਮ ਦਾ ਇੱਕ ਗਾਈਡ ਦੀ ਤਰ੍ਹਾਂ ਉਹਨੂੰ ਲੈ ਕੇ ਜਾਂਦਾ ਹੈ ਅੱਗੇ ਤੇ ਮੋਨਿਟਰਿੰਗ ਐਂਡ ਈਵੈਲੂਏਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ ਉਦੋਂ ਆਪਾਂ ਦੇਖਦੇ ਹਾਂ ਕਿ ਜੋ ਵੀ ਅਸੀਂ ਟਾਰਗੇਟਸ ਗਵਰਨੈਂਸ ਪਾਰਟੀ ਨੇ ਕਿਸੇ ਉਹ ਆਪਾਂ ਅਚੀਵ ਕਰ ਪਾ ਰਹੇ ਆ ਜਾਂ ਨਹੀਂ ਕਰ ਪਾ ਰਹੇ ਸੋ ਫੋਰ ਏਗਜ਼ਾਮਪਲ ਟਾਰਗੇਟ ਸੀ ਕਿ ਅਸੀਂ ਇੰਨੀ ਐਕਟੀਵਿਟੀਆਂ ਕਰਵਾਵਾਂਗੇ ਇੰਨੀ ਮੀਟਿੰਗਸ ਕਰਵਾਵਾਂਗੇ ਕੀ ਉਹ ਕਰ ਪਾਏ ਤੇ ਅਗਰ ਉਹ ਨਹੀਂ ਕਰ ਪਾਉਂਦੇ ਤਾਂ ਫਿਰ ਉਹ ਗਵਰਨੈਂਸ ਪਾਰਟੀ ਮੈਂ ਜਿਹੜੀ ਉਹ ਤੇ ਦੇਖੇ ਵੀ ਆਪਾਂ ਕਿਉਂ ਨਹੀਂ ਕਰ ਪਾਏ ਤੇ ਇੱਕ ਉਸ ਤੇ ਐਕਸ਼ਨ ਲਿੱਤਾ ਜਾਵੇ ਦੂਸਰਾ ਹੈ ਇਵੈਲੂਏਸ਼ਨ ਹੁਣ ਇਵੈਲੂਏਸ਼ਨ ਇੱਕ ਅਸੈਸਮੈਂਟ ਹੈ ਜੋ ਕਿ ਇੱਕ ਸਮੇਂਵਾਦ ਤੈ ਕੀਤੀ ਜਾਂਦੀ ਹੈ ਵੀ ਆਪਾਂ ਇੰਨੇ ਸਮੇਂਵਾਦ ਇਹਨੂੰ ਕਰਾਂਗੇ ਹੁਣ ਇਹਦਾ ਮਦਦ ਕੀਵੇਂ ਮਿਲਦੀ ਹੈ ਦੇ ਨਾਲ ਇਹ ਆਪਾਂ ਨੂੰ ਆਪਣਾ ਇੰਪੈਕਟ ਕੀ ਸ਼ੋ ਕਰਨ ਦੀ ਕੋਸ਼ਿਸ਼ ਕਰਦਾ ਹੈ ਇਫੈਕਟਿਵਨੈਸ ਸ਼ੋ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਸਪੋਜ਼ ਔਰ ਫੋਰ ਇਗਜ਼ਾਮਪਲ ਕਿ ਹੁਣ ਜਿਹੜੀ ਐ ਐਸ ਡੀਪੀ ਬਣਨ ਲੱਗੀ ਜਿਹੜੇ ਪਲਾਨ ਐ ਸਕੂਲ ਡਵੈਲਪਮੈਂਟ ਪਲਾਨ ਐ ਉਹੋ ಗ್ರಾಮ ਸਿੱਖਿਆ ਸਭਾ ਐ ਐਸ ਐਮ ਸੀ ਦੇ ਵਿੱਚ ਬਣਨ ਲੱਗੇ ਪਰ ਹੁਣ ਉਹਦੇ ਵਿੱਚ ਸਾਂਝੀ ਸਿੱਖਿਆ ਦਾ ਕਿੰਨਾ ਕੁ ਕੰਟਰੀਬਿਊਸ਼ਨ ਐ ਉਹਦੇ ਕਾਰਨ ਜੋ ਹੈ ਜਾਣਨ ਚਾਪਾ ਨੂੰ ਇਵੈਲੂਏਸ਼ਨ ਮਦਦ ਕਰਦਾ ਹੈ ਤੇ ਅਗਰ ਸਾਂਝੀ ਸਿੱਖਿਆ ਨੇ ਉਸ ਤੋਂ ਹਟਣਾ ਉੱਥੋਂ ਉਹ ਜਗ੍ਹਾ ਤੋਂ ਹਟਣਾ ਕਿ ਉਹ ਸਾਂਝੀ ਸਿੱਖਿਆ ਦੇ ਬਾਅਦ ਵੀ ਕੰਟੀਨਿਊ ਰਹਿਣਗੇ ਉਹ ਜਿਹੜੇ ਚੇਂਜ ਆਏ ਆ ਜਾਂ ਫਿਰ ਉਹ ਉਹਦੇ ਵਾਸਤੇ ਇਹ ਸਾਂਝੀ ਸਿੱਖਿਆ ਦੀ ਹੋਰ ਜ਼ਰੂਰਤ ਹੈ ਹੁਣ ਅ ਹੁਣ ਇਹਨੂੰ ਸੈਟ ਅਪ ਕਰਨ ਵਾਸਤੇ ਐਮਐਨਈ ਸਿਸਟਮ ਨੂੰ ਸੈਟ ਅਪ ਕਰਨ ਵਾਸਤੇ ਅਸੀਂ ਕੁਝ ਪ੍ਰੋਸੈਸ ਫੋਲੋ ਕੀਤੇ ਸੀ ਪਰ ਉਹ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਅ ਇਹ ਤੋਂ ਪਹਿਲਾਂ ਕੀ ਸਿਸਟਮ ਸੀਗਾ ਜਿਹੜਾ ਡਾਟਾ ਸੀਗਾ ਉਹ ਅਲੱਗ-ਅਲੱਗ ਸ਼ੀਟਸ ਤੇ ਜਿਹੜਾ ਸੀਗਾ ਜਾਂਦਾ ਸੀ ਤੇ ਹਰ ਇੱਕ ਡਿਸਟ੍ਰਿਕਟ ਆਫ ਦੇ ਅਕੋਰਡਿੰਗ ਡਾਟਾ ਕਲੈਕਟ ਕਰ ਰਿਆ ਸੀ ਤੇ ਉਹਨੂੰ ਬਾਅਦ ਵਿੱਚ ਯੂਜ਼ ਵੀ ਨਹੀਂ ਕੀਤਾ ਜਾ ਰਿਆ ਸੀ ਡਿਸੀਜਨ 메ਕਿੰਗ ਵਾਸਤੇ ਐ ਕਪੈਸਿਟੀ ਬਿਲਡਿੰਗ ਵਾਸਤੇ ਜਿਵੇਂ ਕਿ ਹੁਣ ਆ ਫੋਟੋ ਪਿਕਚਰ ਤੁਸੀਂ ਦੇਖ ਰਹੇ ਹੋਗੇ ਕਿ ਇਹ ਵਾਲਾ ਡਾਟਾ ਕੈਪਚਰ ਕੀਤਾ ਜਾਂਦਾ ਸੀ ਕਿ ਕਿੰਨੇ ਅਸੀਂ ਜੀਐਸ ਗ੍ਰਾਮ ਸਿੱਖਿਆ ਸਭਾ ਕਰਵਾਈਆਂ ਕਿੰਨੇ ਅਸੀਂ ਸਕੂਲ ਮੈਨੇਜਮੈਂਟ ਕਮੇਟੀ ਦੀਆਂ ਮੀਟਿੰਗਸ ਕਰਵਾਈਆਂ یا پھر جو میں سپوز اٹینڈنس ہے گی اے بھی کہ نمبرز سے کیپچر کیتی جاندی سی گی کہ 15 ممبر آئے 20 ممبر آئے پر ادھا کوئی ڈینومینیٹر نہیں سی جس دے نال اپا کمپیئر کر پئیے کہ کتنے پرسنٹ ممبر دا جڑی ہے پارٹیسیپیشن ہے گی ہے گی اس کر کے ڈیسیژن گراؤنڈ ابزرویشن تے زیادہ لیتے جا رہے سی ਹੋਨੇ ਸਿਸਟਮ ਨੂੰ ਸੈਟ ਅਪ ਕਰਨ ਵਾਸਤੇ ਅਸੀਂ ਪਹਿਲਾਂ ਜਿਹੜੀ ਐਮ ਐਨ ਆਈ ਟੀਮ ਹੈ ਉਹਨੇ ਸਾਰਾ ਸਿਸਟਮ ਸਮਝਿਆ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਤੇ ਕੀ ਸਾਡੇ ਐਂਡ ਗੋਲ ਹੈਗੇ ਫਿਰ ਅਸੀਂ ਪ੍ਰੋਗਰਾਮ ਟੀਮ ਨਾਲ ਬੈਠੇ ਸਮਝਿਆ ਕਿ ਕੀ ਕੀ ਓਜੀਆ ਐਕਟੀਵਿਟੀਆਂ ਹੈ ਜੋ ਆਪਾਂ ਨੂੰ ਮੈਜ਼ਰ ਕਰਨੀਆਂ ਜ਼ਰੂਰੀ ਹੈਗੀਆਂ ਫਿਰ ਉਹਦੇ ਵਾਸਤੇ ਕੁਝ ਟੂਲਸ ਵੀ ਬਣਾਏ ਗਏ ਜਿਦੇ ਵਿੱਚ ਤੇ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਤਾਂ ਕਿ ਆਪਾਂ ਉਹਨੂੰ ਅਨਲਾਈਜ਼ ਕਰ ਸਕੀਏ ਤੇ ਉਹਨੂੰ ਗ੍ਰਾਫਸ ਵਗੈਰਾ ਦੇ ਵਿੱਚ ਦੇਖ ਸਕੀਏ ਕਿ ਕਿਸ ਤਰ੍ਹਾਂ ਆਪਾਂ ਉਹਨੂੰ ਯੂਜ਼ ਕਰ ਸਕਦੇ ਆ ਆਪਦੇ ਡਿਸੀਜਨਸ ਲੈਣ ਵਾਸਤੇ ਤੇ ਇਹਦੇ ਵਾਸਤੇ ਕਿ ਇਹ ਜਿਹੜੀ ਟੀਮ ਦੀ ਆ ਉਹ ਨੀਡ ਬੇਸ ਤੇ ਜਦੋਂ ਵੀ ਜ਼ਰੂਰਤ ਪੈਂਦੀ ਹੈ ਉਦੋਂ ਕਪੈਸਿਟੀ ਵੀ ਬਿਲਡ ਕੀਤੀ ਜਾਂਦੀ ਹੈ ਹੁਣ ਐਮ ਐਨ ਐ ਸਿਸਟਮ ਦੇ ਵਿੱਚ ਕੀ ਹੈ ਕਰੰਟ ਦਾ ਇਹ ਕਿਵੇਂ ਹੁਣ ਕਰੰਟਲੀ ਇਹ ਕਿਵੇਂ ਦਿਖ ਰਿਹਾ ਹੈ ਫਸਟ ਹੈ ਕਿ ਐਸਐਸ ਸਾਂਝੀ ਸਿੱਖਿਆ ਕਰਦੀ ਕੀ ਹੈ ਤਾਂ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਐਕਟੀਵਿਟੀਜ਼ ਹੈ ਜਿਵੇਂ ਗੁਰਜੰਟਰੀ ਨੇ ਵੀ ਦੱਸਿਆ ਕਿ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਇਨੇਬਲ ਕੀਤਾ ਜਾਵੇ ਅਵੇਅਰਨੈਸ ਜਨਰੇਟ ਕੀਤੀ ਜਾਵੇ ਉਹਨਾਂ ਦੇ ਰੋਲਸ ਐਂਡ ਰਿਸਪੌਂਸਿਬਿਲਿਟੀਆਂ ਕੀ ਹੈ ਜਿਹੜੀ ਹੈ ਉਹਨਾਂ ਦੇ ਸਕੂਲ ਡਿਵੈਲਪਮੈਂਟ ਪਲਾਨ ਹੈ ਉਹ ਨੀਡ ਅਸੈਸਮੈਂਟ ਬੇਸ ਤੇ ਬਣ ਸਕਣ ਕਿਉਂ ਕਿ ਆਪਾਂ ਜਾਣਦੇ ਹਾਂ ਕਿ ਜਿਹੜੇ SMC ਮੈਂਬਰਸ ਐ ਗ੍ਰਾਮ ਸਿੱਖਿਆ ਸਭਾ ਮੈਂਬਰਸ ਐ ਉਹ ਉਹਨਰਸ਼ਿਪ ਲੈਣ ਲੱਗ ਜਾਣ ਉਹ ਖੁਦ ਤੋਂ ਅੱਗੇ ਆ ਕੇ ਆਪਣਾ ਜਿਹੜੀਆਂ ਕੰਮ ਐ ਉਹ ਸਟਾਰਟ ਕਰਦਣ ਖੁਦ ਆ ਕੇ ਮੀਟਿੰਗਸ ਕਰਨ ਖੁਦ ਆ ਕੇ ਡਿਸਕਸ਼ਨ ਕਰਨ ਤੇ ਜਿਹੜਾ ਉਹਨਾਂ ਦਾ ਜਿਹੜਾ ਇੰਟਰਸਟ ਐ ਉਹ ਪਬਲਿਕ ਸਕੂਲ ਸਿਸਟਮ ਦੇ ਵਿੱਚ ਬਣੇ ਤੇ ਉਹ ਆਪਣੇ ਬੱਚਿਆਂ ਨੂੰ ਉੱਥੇ انرੋਲ ਕਰਨ ਜੋ ਵੀ ਨੀਡਸ ਐ ਉਹਦੇ ਵਾਸਤੇ ਫੰਡਸ ਇਕੱਠਾ ਕਰਨ ਤਾਂ ਕਿ ਇਹ ਜਿਹੜਾ ਸਿਸਟਮ ਐ ਸੈਲਫ ਸਸਟੇਨੇਬਲ ਬਣ ਜਾਏ ਜੋ ਕਮਿਊਨਿਟੀ ਹੀ ਸਿਸਟਮ ਤੋਂ ਕੀ ਹੈ ਡਿਮਾਂਡ ਕਰਨਾ ਸਟਾਰਟ ਕਰ ਦੇ ਕਿ ਸਾਡੇ ਪਿੰਡ ਚ ਆਹ ਹ ਜ਼ਰੂਰਤ ਹੈ ਇਹ ਸਾਡੇ ਵਾਸਤੇ ਤੁਸੀਂ ਕਰਕੇ ਦਿਓ ਹੁਣ ਇਹ ਜਿਹੜਾ ਪੂਰਾ ਪਾਥ ਹੈ ਇਹਨੂੰ ਹੁਣ ਆਪਾਂ ਦੇਖੀਏ ਕਿਵੇਂ ਕਿ ਆਪਾਂ ਇਹ ਟਰੈਕ ਤੇ ਜਾ ਰਹੇ ਆ ਜਾਂ ਫਿਰ ਇੱਧਰ ਉੱਧਰ ਤਾਂ ਨਹੀਂ ਹੋ ਰਿਹਾ ਫਿਰ ਕੀ ਕਮੀ ਹੈ ਹੁਣ ਇਹਨੂੰ ਦੇਖਣ ਵਾਸਤੇ ਕੀ ਹੈ ਕੁਝ ਅਸੀਂ ਕੁਐਸਚਨਸ ਤਿਆਰ ਕੀਤੇ ਜਿਨ੍ਹਾਂ ਨੂੰ ਆਪਾਂ ਇੰਡੀਕੇਟਰਸ ਵੀ ਕਹਿ ਦਿੰਦੇ ਆ ਤੇ ਉਹ ਕੁਐਸਚਨ ਆ ਰਹੀ ਆ ਆਪਾਂ ਦੇਖਦੇ ਕਿ ਅਸੀਂ ਸਹੀ ਰਾਸਤੇ ਚ ਚੱਲ ਰਹੇ ਹੈਗੇ ਇਹ ਕੁਝ ਐਗਜ਼ਾਮਪਲ ਇੱਥੇ ਲਿਖੀਆਂ ਗਈਆਂ ਜਿਵੇਂ ਕਿ ਪਾਰਟਿਸਿਪੇਸ਼ਨ ਕਿੰਨਾ ਹੋ ਰਿਹਾ ਹੈਗਾ ਮੀਟਿੰਗ ਦੇ ਵਿੱਚ ਕਿੰਨੇ ਸਕੂਲ ਦੇ ਵਿੱਚ ਬੱਚੇ ਐਨਰੋਲ ਹੈਗੇ ਜਿਹੜੀਆਂ ਲਾਸਟ ਮੀਟਿੰਗ ਦੇ ਵਿੱਚ ਪੁਆਇੰਟਸ ਡਿਸਕਸ ਕੀਤੇ ਸੀ ਕੀ ਉਹ ਮੀਟਿੰਗ ਅਗਲੀ ਮੀਟਿੰਗ ਤੱਕ ਸੋਲਵ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹਦੇ ਕੀ ਕਾਰਨ ਰਹੇ ਜਿਹੜੀਆਂ ਐਸਐਮਸੀ ਜਾਂ ਫਿਰ ਜੀਐਸਐਸ ਹੈ ਉਹ ਕਿ ਚੇਅਰਪਰਸਨ ਯਰ ਨੇ ਸਰਪੰਚ ਅੱਗੇ ਆ ਕੇ ਉਹਨਾਂ ਨੂੰ ਮਤਲਬ ਕੰਡਕਟ ਕਰ ਰਹੀ ਹੈਗੇ ਇਹ ਅਫਰ ਕਿੰਨੇ ਪਰਸੈਂਟ ਮੀਟਿੰਗ ਦੇ ਵਿੱਚ ਕੀ ਹੈ ਡਵੈਲਪਮੈਂਟ ਪਲਾਨ ਬਣਾਇਆ ਗਿਆ ਤੇ ਉਹ ਡਵੈਲਪਮੈਂਟ ਪਲਾਨ ਨੀਡ ਬੇਸ ਤੇ ਸੀਗਾ ਜਾਂ ਨਹੀਂ ਇਹ ਕੁਝ ਇੰਡੀਕੇਟਰਸ ਸਾਡੇ ਸਾਹਮਣੇ ਹੈਗੇ ਹੁਣ ਆਪਾਂ ਇਹ ਤਾਂ ਦੇਖ ਲਿਆ ਵੀ ਆਪਾਂ ਮੈਜ਼ਰ ਕੀ ਕਰਦੇ ਆ ਪਰ ਹੁਣ ਹੈ ਕਿ ਆਪਾਂ ਮੈਜ਼ਰ ਕਿਵੇਂ ਕਰਦੇ ਆ ਇਦੇ ਵਾਸਤੇ ਕਿ ਦੋ ਮੈਥਡ ਹੁੰਦੇ ਇੱਕ ਤਾਂ ਹੁੰਦਾ ਕੁਆਂਟੀਟੇਟਿਵ ਮੈਥਡ ਇੱਕ ਹੁੰਦਾ ਕੁਆਲੀਟੇਟਿਵ ਮੈਥਡ ਕੁਆਂਟੀਟੇਟਿਵ ਮੈਥਡ ਦੇ ਵਿੱਚ ਕੀ ਹੈ ਕੁਝ ਫਾਰਮ ਅਸੀਂ ਬਣਾਏ ਹੈਗੇ ਜੋ ਕਿ ਸਾਨੂੰ ਅੱਗੇ ਵੀ ਦਿਖਾਵਾਂਗੇ ਤੇ ਉਹਨਾਂ ਥਰੂ ਆਪਾਂ ਕੀ ਸਾਡੇ ਵਾਇਲਸ ਡਾਟਾ ਪਰਦੇ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਕੀ ਸਟੇਟਸ ਚੱਲ ਰਿਹਾ ਹੈ ਗਰਾਊਂਡ ਤੇ ਇਹ ਕੁਝ ਥੋੜੇ ਸਕਰੀਨਸ਼ਾਟ ਸੀਗੇ ਉਹਨਾਂ ਟੂਲਸ ਦੇ ਦੂਸਰਾ ਹੈਗੇ ਕੁਆਲੀਟੇਟਿਵ ਮੈਥਡ ਫੀਲਡ ਤੇ ਜਾ ਕੇ ਅਬਜ਼ਰਵ ਕਰਨਾ ਕਿ ਜੋ ਸਾਡੇ ਕੋਲ ਡਾਟਾ ਆ ਰਿਹਾ ਹੈ ਉਹ ਸਹੀ ਆ ਰਿਹਾ ਹੈ ਤੇ ਉਹ ਐਕਚੁਅਲ ਗਰਾਉਂਡ ਤੇ ਹੋ ਰਿਹਾ ਹੈ ਕਿ ਨਹੀਂ ਬਾਕੀ ਇੰਟਰਵਿਊ ਕਰਨਾ ਜਿਹੜੇ ਸਾਡੇ ਸਟੇਕ ਹোলਡਰਸ ਹੈ ਹੈਗੇ ਹੈਗੇ ਉਹਨਾਂ ਨਾਲ ਇੰਟਰਵਿਊ ਕਰਨਾ ਕਿ ਉਹਨਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੈ ਉਹ ਕਿਸ ਤਰ੍ਹਾਂ ਸੋਚਦੇ ਵੀ ਉਹਨਾਂ ਦੇ ਵਿਚਾਰ ਹੁਣ ਕਿਸ ਤਰਫ ਜਾ ਰਹੇ ਹੈਗੇ ਹੋਰ ਡਿਟੇਲ ਚ ਸਮਝਣ ਲਈ ਇਹ ਕੀਤਾ ਜਾਂਦਾ ਹੈ ਇਹ ਇੱਕ ਅਸੀਂ ਸਟੱਡੀ ਕੀਤੀ ਵੀ ਸੀ ਜਿਹਦਾ ਇਹ ਸਨੈਪਸ਼ਾਟ ਹੈਗਾਗਾ ਤੇ ਲੌਂਗ ਟਰਮ ਦੇ ਵਿੱਚ ਸਾਡਾ ਪਲਾਨ ਹੈਗਾ ਕਿ ਅਸੀਂ ਥਰਡ پارٹی ਏਵੈਲੂਏਸ਼ਨ ਕਰੀਏ ਜਿਹਦੇ ਵਿੱਚ ਕੀ ਹੈ ਬਾਹਰ ਬਾਰੋਂ ਕੋਈ ਥਰਡ پارٹی ਆਏਗੀ ਤੇ ਉਹ ਸਾਡਾ ਜਿਹੜਾ ਵੀ ਹੈਗਾ ਪੂਰੇ ਸਿਸਟਮ ਨੂੰ ਐਨਲਾਈਜ਼ ਕਰੇਗੀ ਤੇ ਫੀਡਬੈਕ ਦੇਵੇਗੀ ਜੋ ਸਾਡੇ ਡਾਟਾ ਸਿਸਟਮ ਦੀ ਕ੍ਰੈਡੀਬਿਲਟੀ ਕੀ ਹੈ ਵਧਾਏਗੀ ਹੁਣ ਮੈਂ ਮਨਜੀਤ ਨੂੰ ਇਨਵਾਈਟ ਕਰਾਂਗੀ ਤਾਂ ਕਿ ਉਹ ਡਾਟਾ ਸਿਸਟਮ ਨੂੰ ਅੱਗੇ ਲੈ ਕੇ ਜਾਣ ਥੈਂਕ ਯੂ ਅਸ਼ੂਦਾ My screen share the written. ठीक है आप लोगों ने देखा कि जैसे हमने कहाँ से स्टार्ट किया गवर्नेंस पाथ करंटली कैसे हमने स्टडी किया कि कैसे इसको और इफेक्टिवली किया जाए हमारे गवर्नेंस पाथ को तो एम एन ई इसको एक स्टेप आगे लेके जा रहा है बाय लेवरेजिंग जो भी हमारा डेटा सिस्टम है उसको एक स्ट्रक्चर्ड प्रोसेस के थ्रू ताकि गवर्नेंस पाथ की इफेक्टिवनेस को उसकी लर्निंग को और डिसीजन मेकिंग को और सपोर्ट किया जा सके है. तो इस प्रोसेस के लिए आ, हम लोग डेटा कलेक्शन करते हैं टूल्स करते हैं जो कि हमें कंपैरिजन और गैप्स और ट्रेंड्स फाइंड करने में हेल्प करता है एंड देन वी गो फॉर इंसाइट एंड फाइंडिंग्स जो एक क्लियर कम्युनिकेशन स्टेक होल्डर्स के बीच में और डिसीजन मेकिंग में हेल्प करता है सो ये एक स्ट्रक्चर्ड प्रोसेस है जो हम लोग फॉलो करते हैं डेटा कलेक्शन एक मोबाइल एप्लीकेशन के द्वारा हम लोग करते हैं जो कि हमें एक रिलायबल कंसिस्टेंट और कलेक्शन का जो सोर्स है, है ये वाला जो फॉर्म आप देख रहे हैं ये नीड असमेंट के लिए जो की एक फॉर्म हमारा मंथली का जो आपको यहाँ पे शो हो रहा है इसमें एस के रिगार्डिंग जो भी इंफॉर्मेशन है उसकी की वो कैसे चल रहा है उसको किसने फेसिलिटेट किया है उसकी कितनी मेम्बर पार्टिसिपेंट उसके कितना परसेंटेज था उसमें क्या क्या एक्शन पॉइंट एड्रेस हुए ये सब कुछ हम हमारे मोबाइल एप्लीकेशन के द्वारा हमारे वायल्स को कैप्चर करते हैं ताकि हम ये समझ सकें कि हमारे एस एम सी मीटिंग्स की क्या क्वालिटी चल रही है हम लोग करते हैं ताकि हमें पता चल सके एक ओवरऑल पिक्चर से स्कूल की एक ओवरऑल पिक्चर हमें विजुअलाइजेशन शो करता है कि अभी फिलहाल उसमें क्या चल रहा है उसकी प्रोग्रेस एक विजुअलाइजेशन हमें शो करता है हमें कहाँ कहाँ किस किस चीज को और इम्प्रूव करने की जरूरत है

कोई भी जो एस मीटिंग जो आपने अभी देखा है कि हाई क्वालिटी एस मीटिंग जो हो रही है तो उसमें सफलता के क्या कारण है उसके ड्राइविंग इंडिकेटर्स क्या है उसके सक्सेस के जो लो क्वालिटी मीटिंग्स है उसमें क्या किया जाए ताकि उसको और बेटर बनाया जाए तो विजुलाइजेशन द्वारा हमें पता लग जाता है कि एस मीटिंग में जैसे एग्जाम्पल uh, से मैं कहूँ कि कहीं पे अगर हमें अटेंडेंस मेम्बर्स की कम दिख रही है तो हम एक एक्शन uh, प्लान आगे बना सकते हैं कि क्या किया जाए कि मेंबर का पार्टिसिपेशन और बड़े एसएमसी मीटिंग्स में तो जैसे आप एक एग्जांपल अगर मैं दूं कि जीएस रामगढ़ फदेगढ़ साहेब का जैसे एक स्कूल है तो इसमें पिछले साल का अब 2023 का अगर आप इसमें एक ओवरऑल स्कोर देखें जो कुछ पैरामीटर्स के ऊपर डिसाइड किया गया है जो जैसे सेफ्टी और हाइजीन स्टेब्युलेटिंग स्कूल एनवायरमेंट स्मार्ट स्कूल फैसिलिटीज के हिसाब से तो पिछले साल में उसका क्या ओवरऑल स्कोर था और नेक्स्ट ईयर में अभी उसका क्या स्कोर चल रहा है और इससे आसानी से हम पता लगा सकते हैं कि हमें करने की आगे आगे जरूरत है नेक्स्ट आपको अभी जो आपने पिछले मैंने आपको कुछ जो लाइव डैशबोर्ड के कुछ झलकियां दिखाई है जिसमें आप बड़ी आसानी से हम देख सकते हैं कि कहाँ कहाँ अच्छा हो रहा है कहाँ कहाँ पर हमें सुधार का जो भी हमारे सुधार करने के जो लायक है वो एक लाइव डैशबोर्ड से आसानी से आप देख सकते हैं उससे इजीली पता कर सकते हैं कि जहां पर अच्छा हो रहा है वो किन कारणों से अच्छा हो रहा है और जहां पे सुधार चाहिए वहां कहाँ कहाँ सुधार हम लोगों को चाहिए उससे पता लग जाता है ये सभी इंडिकेटर्स और गैप एरियाज जो है वो एक वीकली और मंथली मीटिंग्स में डिस्कस करके हम एक्शन प्लान्स बना सकते हैं बनाते हैं जो करंटली हम लोग मंथली uh, मीटिंग्स uh, और वीकली मीटिंग्स करते हैं उसके बाद उन एक्शन प्लान को हम लोग इम्प्लीमेंट करते हैं और फिर लाइव डैशबोर्ड से उन एक्शन प्लान की इम्प्लीमेंटेशन का रिजल्ट हम फिर से देखते हैं और फिर से अपनी स्ट्रेटेजीज को रिफाइन करते हैं तो इस तरीके से साझी सिक्षा की एम एनी टीम मॉनिटरिंग और इवेल्यूएशन करती है ताकि गवर्नेंस पाथ को ट्रैक पर रख सकें जो भी चैलेंजेस आ रहे हैं उनके प्रति हम और रिस्पॉन्सिव हों और कंटिन्यूसली इम्प्रूव करें टू फुलफिल आवर विजन

सबके सामने हम प्रेजेंट करना चाहते थे एंड uh, अभी, uh, uh, जो जो अभी अभी जुड़े हैं सांझी सिक्ख्या के साथ या जो लोग हमारे साथ काफी टाइम से भी जुड़े हुए हैं कोई भी आपका सवाल uh, किसी भी प्रेजेंटर के लिए या कोई भी आपका कोई पॉइंट ऑफ व्यू जो आप शेयर करना चाहें वी टू वेलकम एनी थॉट्स ਹਾਂਜੀ ਗੁਰਪ੍ਰੀਤ ਸਿੰਘ ਕੁਝ ਬੋਲਣਾ ਚਾਹੁੰਦੇ ਹਾਂ ਜੀ। ਹਾਂਜੀ। ਉਹਨੂੰ ਗੁਰਦੀਪ ਸਰ ਕੁਐਸਚਨ ਕਰਨਾ ਚਾਹੁੰਦੇ ਆ। ਹਾਂਜੀ ਹਾਂਜੀ ਗੁਰਦੀਪ ਜੀ ਬਤਾ ਜੀ। ਸਰ ਮੇਰਾ ਕੁਐਸਚਨ ਨਹੀਂ ਮੇਰਾ ਸੁਜੈਸ਼ਨ ਆ ਜਿਵੇਂ ਕਿ ਆਪਣੇ ਟੀਮ ਲੀਡਰ ਦਾ ਯੂਥ ਯੂਥ ਚੰਗ ਲੀਡਰ ਜਿਹੜੇ ਆਪਣੇ ਸਕੂਲਾਂ ਚ ਜਾ ਰਹੇ ਨੇ ਨਾ ਜਿਹੜੇ ਸਕੂਲਾਂ ਦੀ ਜਿਆਦਾ ਖਾਸਤਾ ਹਾਲਤ ਆ ਠੀਕ ਹੈ ਜੀ ਉਹਨਾਂ ਦੀ ਇੱਕ ਸਪੈਸ਼ਲਿਸਟ ਤਿਆਰ ਕੀਤੀ ਜਾਵੇ ਤੇ ਉਹਨਾਂ ਨੂੰ ਆਪਾਂ ਕਿੱਦਾਂ ਮੋਟੀਵੇਟ ਕਰ ਸਕਦੇ ਆ ਐਸਐਮਸੀ ਕਮੇਟੀ ਨੂੰ ਪੰਚਾਇਤ ਨੂੰ ਠੀਕ ਹੈ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਉਹ ਸਕੂਲਾਂ ਦਾ ਅਪਡੇਟ ਕੀਤਾ ਹੈ ਉਹ ਸਕੂਲਾਂ ਨੂੰ ਅਪਡੇਟ ਕਿਉਂਕਿ ਜਦੋਂ ਮੈਂ ਪਿੱਛੇ ਵੀ ਗਿਆ ਸੀ ਇੱਕ ਮੀਟਿੰਗ ਤੇ ਮੈਨੂੰ ਪਤਾ ਲੱਗਿਆ ਫਤਗੜ ਸਾਹਿਬ ਦਾ ਹੀ ਸਕੂਲ ਆ ਇੱਕ ਜੀ ਬਸੇ ਬਲਾਕ ਦੇ ਵਿੱਚ ਆਂਦਾ ਉਹਦੀ ਸਕੂਲ ਦੀ ਬਿਲਡਿੰਗ ਵੀ ਖਸਤਾ ਹਾਲਤ ਤੇ ਚਾਰ ਦੁਵਾਰੀ ਵੀ ਗਿਰੀ ਹੋਈ ਸੀ ਉਹ ਸਕੂਲ ਦੀ ਕਿਉਂ ਨਾ ਇਦਾਂ ਦੇ ਸਕੂਲਾਂ ਦੀ ਇੱਕ ਅਲੱਗ ਲਿਸਟ ਸਪੈਸ਼ਲਿਸਟ ਤਿਆਰ ਕੀਤੀ ਜਾਵੇ ਤਾਂ ਉਹਨਾਂ ਨੂੰ ਆਪਾਂ ਉਹਨਾਂ ਉੱਪਰ ਜ਼ਿਆਦਾ ਫੋਕਸਿੰਗ ਕੀਤਾ ਜਾਵੇ ਠੀਕ ਹੈ ਜੀ ਜਿਵੇਂ ਮੇਰਾ ਜਿਵੇਂ ਮੇਰਾ ਲੋਕਲ ਫਤਗੜ ਸਾਹਿਬ ਤੋਂ ਹੀ ਬਿਲੋਂਗ ਕਰਦਾ ਮੈਂ ਕਿਤੇ ਵੀ ਮੇਰੀ ਡਿਊਟੀ ਲੱਗਦੀ ਆ ਮੈਂ ਆਈ ਵਿਲ ਅਲਵੇਜ਼ ਵਿਦ ਯੂ ਠੀਕ ਹੈ ਜੀ ਸਾਂਝੀ ਸਿੱਖਿਆ ਲਈ ਮੈਂ ਹਮੇਸ਼ਾ ਪ੍ਰੈਜ਼ੈਂਟ ਰਹਾਂਗਾ ਮੇਰੀ ਡਿਊਟੀ ਲਾ ਦਿਓ ਤੁਸੀਂ ਉੱਥੇ ਜਾ ਕੇ ਕੁਝ ਕੀ ਕਰਨਾ ਉਹਨਾਂ ਨੂੰ ਪੰਚਾਇਤ ਨਾਲ ਗੱਲ ਕਰਨੀਆਂ ਤੇ ਕੋਈ ਮੈਂ ਸਰਪੰਚ ਰਹੇ ਚੁੱਕਿਆ ਮੈਨੂੰ ਥੋੜਾ ਬਹੁਤ ਉਹ ਚੀਜ਼ਾਂ ਦਾ ਹੈਗਾ ਨੌਲੇਜ ਹੈਗੀ ਵੀ ਆਪਾਂ ਕਿੱਥੋਂ ਕਿਵੇਂ ਕਿਵੇਂ ਹੈਲਪ ਲੈ ਸਕਾਂ ਠੀਕ ਥੈਂਕ ਯੂ ਗੁਰਦੀਪ ਜੀ ਆਪਨੇ ਬਹੁਤ ਅੱਛਾ ਸਜੈਸ਼ਨ ਦਿਆ ਇਹ ਲਿਸਟ ਆਈ ਥਿੰਕ ਜਿਵੇਂ ਜਿਵੇਂ ਐਮਐਨਈ ਕਰ ਆਂ ਹੋਰ ਇੱਕ ਚਿੰਗਾਰੀ ਲਾਉਣ ਦੀ ਲੋੜ ਆ ਜੀ ਉਹਨੇ ਆਪਣੇ ਆਪ ਅੱਗ ਫੜ ਲੈਣੀ ਆ ਜਦੋਂ ਇੱਕ आई थिंक उनका नेटवर्क गुरदीप जी थैंक यू सो मच आपने बहुत अच्छा सजेशन दिया कि हम और आई थिंक जैसे जैसे एम &E और डेटा और स्कूल uh, का डेटा कलेक्ट करेगा तो वो लिस्ट अपने आप बनती जाएगी और हमें एक uh, दिखाई देता जाएगा कि कौन सा स्कूल कितना बेहतर और कौन सा स्कूल की एक्चुअल पोजीशन क्या है तो थैंक यू सो मच फॉर योर सजेशन और बिल्कुल हम आपकी हेल्प भी लेंगे और उन जो स्कूल जिनको हमारी सबसे ज्यादा जरूरत है उसमें बिल्कुल हम और एफर्ट्स डालेंगे रुपिंदर हैीवाई एल पी टू का शिक्षा का टू का पार्ट भी रह चुका हूँ और मैंने अपने दो साल की जर्नी पूरी होने के बाद uh, मैं ऑस्ट्रेलिया मूव हो गया हूँ और पिछले तीन साल से मैं ऑस्ट्रेलिया रह रहा हूं तो मैंने uh, जो मैंने ग्राउंड में किया है और ऐसे अब एनआरआई में यहां पे बैठ के जो देख रहा हूं तो मेरे को मेरे को एक चीज मैं अपने जो मेरे साथी है ना तो जो हम नहीं करते थे मेरे को लगा हमें करनी चाहिए कि जो यहां के जितने भी लोग हैं और मैं पंजाबी से गल कर लेना ना कि जिन्हें भी लोग ने है ना जिन्हें भी अः एन आर आई भेन भरा जिन्हें भी है वो अपने पिंडा वास्ते अपने शहर वास्ते बड़े बड़े अवेयर ने उन्होंने पता है कि की करना चाहते हैं ਕਰੋ ਨਾ ਕੋਈ ਰਾ ਨਹੀਂ ਦਿਖਾਉਂਦਾ ਹੈਗਾ ਤੇ ਮੈਂ ਆਪਣੇ ਸਾਰੇ ਵਾਇਲਸ ਨੂੰ A1 ਕੀ ਜਿੰਨੇ ਵੀ ਸਾਡੀ ਟੀਮਸ ਨੇ ਨਾ ਮਤਲਬ ਕੋਰ ਟੀਮ ਹੋਗੀ ਜਾਂ ਜਿੰਨੇ ਵੀ ਟੀਮ ਲੀਡਰ ਕੰਮ ਕਰ ਰਹੇ ਉਹਨਾਂ ਨਾਲ ਜਿਹਦਾ ਗੁਜਰਨਤ ਹੋਣੀ ਹੋਵੇ ਪੂਜਾ ਹੋਣੀ ਹੋਵੇ ਈਸ਼ਪ੍ਰੀਤ ਹੋਣੀ ਹੋਵੇ ਜਾਂ ਜਿਹਦਾ ਸਾਡੇ ਨਾਲ ਰੋਮਿਕ ਕੰਮ ਕਰਦੇ ਸੀ ਤੇ ਉਹਨਾਂ ਨਾਲ ਮਿਲ ਕੇ ਜਿਹੜੇ ਵੀ ਐਨਆਰ ਇਸ ਨੇ ਕੋਰ ਲਿਸਟ ਤਿਆਰ ਹੋਣੀ ਚਾਹੀਦੀ ਹਰ ਇੱਕ ਪਿੰਡ 'ਚ ਕਿ ਉਸ ਪਿੰਡ ਦੇ ਕਿੰਨੇ ਘਰਾਂ 'ਚ ਕਿੰਨੇ ਬੱਚੇ ਬਾਹਰ ਹੁੰਦੇ ਆ ਠੀਕ ਹੈ ਉਦਾਂ ਕਰਕੇ ਕਿਉਂ ਨਾ ਇੱਕ ਗਰੁੱਪ ਕ੍ਰੀਏਟ ਕੀਤਾ ਜਾਵੇ ਇੱਕ ਪਿੰਡ ਦਾ ਇੱਕ ਗਰੁੱਪ ਕ੍ਰੀਏਟ ਕੀਤਾ ਜਾਵੇ ਜਿੱਥੇ ਸਾਰੇ ਐਨ ਆਰ ਆਈਸ ਹੋਣ ਤੇ ਉਹਨਾਂ ਨੂੰ ਸਕੂਲ ਦੇ ਨਾਲ ਕਿਵੇਂ ਆਪਾਂ ਜੋੜ ਸਕੀਏ ਯੂ نو ਤੇ ਈਵਨ ਕੀ ਮੈਨੂੰ ਲੱਗਦਾ ਕਿ ਹੁਣ ਜਿੱਦਾਂ ਦਾ ਹਰ ਇੱਕ ਪੰਜਾਬ ਹਰ ਇੱਕ ਪਿੰਡ ਦੇ ਵਿੱਚੋਂ ਘੱਟੋ ਘਾਟੇ ਨੇ 10 ਜਾਂ 12 ਮਿਨੀਮਮ ਕਹਿੰਦੇ ਨੇ 10 ਜਾਂ 12 ਐਨ ਆਰ ਆਈ ਬਾਹਰ ਕੀਤੇ ਗਏ ਜੇ ਸੜਕੋ ਉਹ ਲਿਸਟ ਆ ਜਾਏ ਜਾਂ ਜਾਂ ਆਪਾਂ ਉਹਨਾਂ ਨਾਲ ਕਲੈਕਟ ਕਰ ਲਈਏ ਤੇ ਉਹਨਾਂ ਲਈ ਮੈਨੂੰ ਨਹੀਂ ਲੱਗਦਾ ਉਹਨਾਂ ਲਈ 100-100 ਡਾਲਰ ਜਾਂ 200-200 ਡਾਲਰ ਮਹੀਨੇ ਦਾ ਕਰਨਾ ਕੋਈ ਵੱਡੀ ਗੱਲ ਹੋਏਗੀ ਹਣਾ ਸ਼ਪੈਕਟਿਵ ਸਕੂਲ ਦੇ ਲਈ ਤੋ ਕਿਵੇਂ ਕਰ ਸਕਦੇ ਲਾਈਕ ਜਿੱਦਾਂ ਮੈਂ ਕਰਕੇ ਦੇਖਿਆ ਨਾ ਜਿੱਦਾਂ ਮਤਲਬ ਮੈਂ ਜਿੰਨਾ ਸਕੂਲਾਂ ਨਾਲ ਜੁੜਿਆ ਹੋਇਆ ਸੀ ਪਟਿਆਲੇ ਦੇ ਜਿੰਨਾ ਸਕੂਲਾਂ ਨਾਲ ਜੁੜਿਆ ਹੋਇਆ ਸੀ ਮੈਨੂੰ ਟੀਚਰਸ ਨੂੰ ਕੁਛ ਤਾਂ ਹੈ ਕਿ ਤੁਹਾਨੂੰ ਕੀ ਲੋੜ ਹੈ ਮੈਂ ਇੱਥੇ ਬੈਠ ਕੇ ਫੋਨ ਕਰਾਂ ਤੁਹਾਨੂੰ ਕੀ ਲੋੜ ਨੇ ਕਿ ਰੁਪਿੰਦਰ ਸਾਨੂੰ ਸਾਡੇ ਕੋਲ ਆਰਓ ਨਹੀਂ ਹੈ ਆਰਓ ਸਿਸਟਮ ਲਗਾਵਾ ਦਿਓ ਜਾਂ ਸਾਡੇ ਬੱਚਨ ਮਸਤਾਨੇ ਮੂਵੀ ਆਈਸੀਐਸੀ ਪੂਰੇ ਪੂਰੇ ਸਕੂਲ ਦੇ ਬੱਚਾ ਨੂੰ ਮਸਤਾਨੇ ਮੂਵੀ ਦਿਖਾਉਣਾ ਚਾਹੁੰਦੇ ਆ ਤੇ ਤੁਸੀਂ ਕੁਛ ਕਰ ਸਕਦੇ ਹੋ ਨਾ ਪੁਲਿਸ ਹੈ ਨਾ ਤੋ ਇਦਾਂ ਦੀ ਮਤਲਬ ਛੋਟੀਆਂ ਛੋਟੀਆਂ ਇਹ ਛੋਟੇ ਛੋ ਇੱਕ ਪਿੰਡ ਦੇ ਐਨਆਰਐਸ ਦਾ ਗਰੁੱਪ ਕ੍ਰੀਏਟ ਕਰਕੇ ਉਹਨਾਂ ਨੂੰ ਸਕੂਲ ਦੇ ਨਾਲ ਜੋੜ ਸਕੀਏ ਆਈ ਥਿੰਕ ਔਰ ਤੋਂ ਵੱਡਾ ਮੈਨੂੰ ਲੱਗਦਾ ਕਿ ਟਵਾਈਲਡ ਦਾ ਅਜਿਹੇ ਕੱਟ ਵੱਧ ਕੰਮ ਸੌਲਟ ਆਊਟ ਹੋ ਜਾਏਗਾ ਜੋ ਮੈਨੂੰ ਲੱਗਦਾ ਆ ਕਿ ਮੈਂ ਦੋਨੋਂ ਜਨੀਆਂ ਦੇਖ ਰਹੇ ਹਾਂ ਥੈਂਕ ਯੂ ਦੈਟਸ ਅ ਗ੍ਰੇਟ ਆਈਡੀਆ ਥੈਂਕ ਯੂ ਰੁਪਿੰਦਰ ਥੈਂਕ ਯੂ ਸੋ ਮੱਚ ਐਂਡ ਯਮ ਬਿਲਕੁਲ ਕੋਸ਼ਿਸ਼ ਕਰਾਂਗੇ ਇਸਕੋ ਸਟਾਰਟ ਕਰਨੇ ਕੀ ਥੈਂਕਸ ਅ ਲੋਟ Uh, any other uh, questions, suggestions? Uh... Hi, everyone. My name is Inderjeet Kaur. And uh, I wanted to say that I joined this meeting because I received an email and I'm a bit clueless about it. But today I got the gist of it all. So, uh, even, you know, I'm vocal about these issues. So, how can I be a part of this? I've never been a part of this before. That's a great question, Indrajit. So I, uh, we wanted to ask, like the reason why we shared this invite uh, with a lot of people was that we want to invite all of you to help us. So Indrajit, we would love it if uh, you can support us, and there are many ways of supporting us. One of the things that we are trying to do now uh, is to also invite uh, people to uh, volunteer with us. सो so, आपने अभी यू हर्ड ऑल वर्कूंग एंड द डिफर वे वी एंगेज दम्युनिटी हम एम एन ई भी डेवलप कर रहे हैं सो वी नीड अ लॉट ऑफ पीपल हू कैन हेल्प अस डेवलप आर ओन स्किल्स क्यू आर कोड आप इस क्यू आर कोड को स्कैन कर सकती हैं एंड यू विल टेक यू टू अ गूगल फॉर्म जहां पर यू कैन नॉमिनेट यूर सेल्फ टू हेल्प अस बिल्ड एनी स्किलेट यू आर एन एक्सपर्ट इन और इफ यू थिंक दैट देर इज समन यू नो हू माइट बी एबल टू हेल्प अस uh you can nominate them also uh, so that they can do maybe a master class with us or they can help us refine our systems uh, and improve the work that we are doing uh, we would really appreciate that um, so yeah okay. all of yeah please yeah, feel free to share this with your friends with other people you know who might be able to help us as well uh, uh, and one more question I have. Like, do you guys only care about education or do you also address social issues like stubble burning? Is there around this season? And I was very much concerned about it. So, uh, anything that you guys are doing about this? Yeah. So, I, uh, yeah, you speak, go for it. Okay. Uh, so, uh, uh see, idea Punjabi. ਤੇ ਅ ਕਿਉਂਕਿ এডੂਕੇਸ਼ਨ ਇੱਕ ਰੂਟ ਕੌਜ਼ ਹੈ ਇਹ ਸਾਰੇ ਕਨਸੀਕਵੈਂਸਿਸ ਦਾ ਜੋ ਆਪਾਂ ਵੇਖਦੇ ਪਏ ਆ ਅ ਸੋ ਇਸ ਕਰਕੇ ਐਂਕਿਉਂਕਿ ਸਾਡਾ ਐਕਸਪੀਰੀਅੰਸ ਵੀ ਸਾਰਿਆਂ ਦਾ এডੂਕੇਸ਼ਨ ਦੇ ਵਿੱਚ ਹੀ ਸੀ ਉੱਥੋਂ ਸ਼ੁਰੂ ਕੀਤਾ ਹੈ ਨਾ ਤੇ ਪਰ ਆਈ ਥਿੰਕ ਇਹ ਸਾਰੇ ਮੁੱਦਿਆਂ ਤੇ ਕੰਮ ਕਰਨਾ ਹੈ ਤੇ ਇਫ ਯੂ ਆਰ ਇੰਟਰਸਟਿਡ ਆਈ ਥਿੰਕ ਆਲਰੇਡੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਨੇ ਜਿਹੜੇ ਆਲਰੇਡੀ ਅਵੇਅਰਨੈਸ ਤੇ ਕੰਮ ਕਰਦੇ ਪਏ ਨੇ ਸੋ ਅਗੇਨ ਆਈ ਥਿੰਕ ਸਾਂਝੀ ਸਿੱਖਿਆ ਸ਼ੈਤ ਸਾਰਾ ਨਹੀਂ ਕਰ ਪਾਏਗੀ But Sanjay is always there to support and connect you with the right people who are do already doing uh, something or the other in that area. So if you are interested, uh so we would love to uh, connect you with right people in the in the state. I'm glad I joined this meeting today. So I'll, do it. I'll share my number and email email ID. Feel free to Okay, drop my text. okay thank you. Thank you. any other questions suggestions anything any would anyone would like to share people from the team also if you have any thoughts koi sawal hai kuch janna chahenge ya kuch aap share karna chahenge so you're welcome to do so अगर uh, किसी ने no, कोई एम एन ई तो कोई क्वेश्चन वही पूछ सकता है I yeah just open floor I have a question for mne uh Parindirji, what are you using are you using Google app sheets to create this or are you using Google forms regularly no no we, we are using Kobo. Kobo. Kobo tool for data collection and power bi for dashboard but otherwise, these look like Google app sheet. Like they looks like a Google form, right? Yeah, it looks like, but it is a Google. Have you? Form. but you have, have you explored uh, Google app sheets? No, no, we have. And Looker, okay, maybe Looker and Google app sheets. We have so explored uh, Looker because it's free now. Google used to not be free for NGOs, and now it's free. Um yes. and then i can also put you in touch with the person in california who's helping us develop something around that and the dashboard therefore then can change a little bit because power bi is a little limiting we're also working on power bi and it's not very oh, far. nice sure sure so, sure definitely so um Sorry. and the other thing for uh, for the mel was that um this data data to collect carre hegeo um mm -hmm. a new thodi team ਜਿਹੜੀ ਫੀਲਡ ਦੀ ਟੀਮ ਹੈ ਇਹਨੂੰ ਐਜ਼ ਅ ਕੀ ਕਹਿੰਦੇ ਆ ਰਿਪੋਰਟ ਯੂਟिलाइज ਕਰਦੀ ਹੈਗੀ ਹੈ ਜਾਂ ਫਿਰ ਇਹ ਸਿਰਫ ਯੂ نو ਇਜ਼ ਅ ਸੀਨੀਅਰ ਟੀਮ ਲੁਕਿੰਗ ਐਟ ਇਟ ਹੂ ਇਸ ਲੁਕਿੰਗ ਐਟ ਥੀਸ ਡੈਸ਼ਬੋਰਡਸ दैट ਯੂ ਸ਼ੋਡ ਅਸ ਜਸਟ ਨਾਓ ਇਟਸ ਫੋਰ ਬੋਥ ਇਨੀਸ਼ ਬਟ ਬੈਸਿਕਲੀ ਇਟ ਇਜ਼ ਫੋਰ ði ਡਿਸਟ੍ਰਿਕਟ ਟੀਮ অর ਪ੍ਰੋਗਰਾਮ ਟੀਮ ਸੋ ਦੇ ਸੀ देयर ਡਾਟਾ ਵਾਟ ਦੇ ਹੈਵ ਫੀਲਡ ਇਨ ði ਲਾਸਟ 3 ਮੰਥਸ 2 ਮੰਥਸ ਫੋਰ ði 올 ði ਐਕਟੀਵਿਟੀਜ਼ ਐਂਡ ਥੈਨ ਦੇ Uh, find some trend and take actions again. It. So it's mostly for feedbacking the program and action planning. Uh, but yeah, we do also use at a state level uh, to see how, how our four districts are doing. Uh, are we on track? What we have visioned? So, yeah, both ways. But there are different views for different people. Yeah. Okay. You have levels of dashboards. Great. Yeah, we Thank have you. levels. Yeah. Jasleen uh, and Riti have very nicely shared some forms in the chat. If you want to do a field visit with us uh, and uh, see some of the work that we're doing on the ground, you can click on the form and you can uh, submit your details and we'll get in touch with you. Yeah, thank you. I'm just filling up that form. Thanks. Thanks, あん。

Uh, जिस भी दो मिनट वेट दो तीन मिनट हो वेट कर लें आई थिंक जे कोई क्वेश्चन नहीं है देन आई थिंक फिर आप अज क्लोज कर लेंगे ਠੀਕ ਹੈ ਆ थैंक यू सो मच एवरीवन ਤੁਸੀਂ ਟਾਈਮ ਕੱਢਿਆ ਆ 아이 نو ਕੁਛਾ ਨੇ ਕੁਝ ਦੋਸ ਨੇ ਜਿਹੜੇ ਕਿ ਡਿਫਰੈਂਟ ਟਾਈਮ ਜ਼ੋਨ ਦੇ ਵਿੱਚ ਵੀ ਨੇ ਬਟ ਤੁਸੀਂ ਟਾਈਮ ਕੱਢਿਆ ਤੁਸੀਂ ਇੰਗੇਜ ਕੀਤਾ ਸੁਣਿਆ ਤੇ थैंक यू सो मच ਗੁਰਦੀਪ ਜੀ ਸਰਪੰਸ ਸਾਹਿਬ ਆਪਣਾ ਟਾਈਮ ਕੱਢਣ